ਹਰਵਿੰਦਰ ਪੰਡਾਲ ਦਾ ਨਾਵਲ ਮੈਲੀ ਮਿੱਟੀ ਦਾ ਪਹਿਲਾ ਭਾਗ ਤੀਸਰਾ ਅੰਗ ਬਾਜ਼ਾਰ ਵਾਲੇ ਸ਼ਹਿਰ ਤੇ ਰਹਾਜ ਵਾਲੇ ਸ਼ਹਿਰ ਨੂੰ ਕੱਟਦੀ ਹੋਈ ਇੱਕੋ ਸੜਕ ਪੂਰੇ ਸ਼ਹਿਰ ਚ ਲੰਘ ਜਾਂਦੀ ਹੈ ਇਸੇ ਸੜਕ ਉੱਤੇ ਚੜ ਕੇ ਉਹਨਾਂ ਸਾਰੇ ਸ਼ਹਿਰਾਂ ਤੱਕ ਪਹੁੰਚਿਆ ਜਾ ਸਕਦਾ ਹੈ ਜਿਨ੍ਹਾਂ ਨੂੰ ਬਾਕੀ ਦੁਨੀਆ ਕਿਹਾ ਜਾਂਦਾ ਹੈ ਪਿੰਡ ਤੋਂ ਸ਼ਹਿਰ ਸ਼ਹਿਰ ਤੋਂ ਵੱਡਾ ਸ਼ਹਿਰ ਵੱਡੇ ਸ਼ਹਿਰ ਤੋਂ ਮਹਾਸ਼ਹਿਰ ਮਹਾਸ਼ਹਿਰ ਤੋਂ ਮਹਾਮੁਲਕ ਤੇ ਮਹਾਮੁਲਕ ਤੋਂ ਫਿਰ ਪਿੰਡ ਇਹੀ ਰੌਲਾ ਪਿਛਲੇ ਕੁਝ ਦਿਹਾਕਿਆਂ ਤੋਂ ਪੈ ਰਿਹਾ ਸੀ ਗਲੋਬਲ ਪਿੰਡ ਬੰਦੇ ਨੂੰ ਗਲੋਬਲ ਪਿੰਡ ਦੀ ਨਾਗਰਿਕਤਾ ਮਿਲ ਗਈ ਸੀ ਫਿਲਹਾਲ ਖੁਸ਼ਵੰਤ ਦਾ ਨਿਸ਼ਾਨਾ ਇਹ ਸੜਕ ਪਾਰ ਕਰਨੀ ਹੀ ਸੀ ਉਹ ਬਾਗਵਾਲ ਨਹੀਂ ਸੀ ਗਿਆ ਬਾਗਵਾਲੀ ਸੜਕ ਮੁਕਾਬਲ ਤਨ ਘਟ ਵਗਦੀ ਹੈ ਤੁਸੀਂ ਸੜਕ ਦੇ ਸੱਜੇ ਪਾਸੇ ਇੱਕ ਕੋਨੇ ਉੱਤੇ ਹੌਲੀ-ਹੌਲੀ ਤੁਰਦੇ ਜਾ ਸਕਦੇ ਹੋ ਸਾਹਮਣੇ ਆ ਰਹੇ ਸਕੂਟਰਾਂ ਮੋਟਰਸਾਈਕਲਾਂ ਤੇ ਗੱਡੀਆਂ ਉੱਤੇ ਨਜ਼ਰ ਰੱਖਦੇ ਹੋਏ ਨਾਲ ਨਾਲ ਤੁਸੀਂ ਪਿੱਛੇ ਵੀ ਵੜਕ ਰੱਖ ਸਕਦੇ ਹੋ ਇਸ ਤਰ੍ਹਾਂ ਤੁਸੀਂ ਸੰਭਾਵਿਤ ਹਾਦਸੇ ਤੋਂ ਬਚ ਸਕਦੇ ਹੋ ਇਹ ਬਾਜ਼ਾਰ ਵੱਲ ਜਾਂਦੀ ਸੜਕ ਉਹਨੂੰ ਹਮੇਸ਼ਾ ਔਖੀ ਲੱਗਦੀ ਹੈ ਇਸ ਤਰ੍ਹਾਂ ਜਿਵੇਂ ਇਹਨੂੰ ਹਾਦਸਿਆਂ ਲਈ ਖਾਸ ਤੌਰ ਤੇ ਡਿਜ਼ਾਈਨ ਕੀਤਾ ਗਿਆ ਹੋਵੇ ਥੋੜੀ ਥੋੜੀ ਦੂਰ ਗਲੀਆਂ ਇਸ ਸੜਕ ਵਿੱਚ ਖੁੱਲਦੀਆਂ ਹਨ ਸੜਕ ਉਂਝ ਵੀ ਲਹਿਰਾਉਂਦੀ ਜਾਂਦੀ ਹੈ ਠੇਕੇਦਾਰਾਂ ਨੇ ਸੜਕ ਬਣਾਉਂਦੇ ਸਮੇਂ ਕਦੇ ਪਹਿਲਾਂ ਇਹਨੂੰ ਪੁੱਟਣ ਦੀ ਖੇਚਲ ਨਹੀਂ ਕੀਤੀ ਫਲਸਰੂਪ ਹਰ ਵਾਰ ਆਸੇ ਪਾਸੇ ਦੀਆਂ ਦੁਕਾਨਾਂ ਤੋਂ ਭੋਰਾ ਉੱਚੀ ਹੋ ਜਾਂਦੀ ਹੈ ਹੁਣ ਹਾਲਤ ਇਹ ਹੈ ਕਿ ਆਪਣੇ ਕੰਢਿਆਂ ਨਾਲੋਂ ਖਾਸੀ ਉੱਚੀ ਹੋ ਗਈ ਹੈ ਸੜਕ ਇੱਕ ਤਰ੍ਹਾਂ ਨਾਲ ਨੀਵਾ ਪਲੇਟਫਾਰਮ ਬਣ ਗਈ ਹੈ ਜੇ ਤੁਸੀਂ ਸੜਕ ਤੋਂ ਥੱਲੇ ਉਤਰ ਕੇ ਤੁਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਰੱਖੇ ਬੋਡਾਂ ਵੱਲ ਵਿੱਚ ਵੱਜਣਾ ਲਾਜ਼ਮੀ ਹੈ ਤੇ ਜੇ ਤੁਸੀਂ ਸੜਕ ਉੱਤੇ ਚੱਲਦੇ ਹੋ ਤਾਂ ਫਿਰ ਇਹ ਲਾਜ਼ਮੀ ਹੈ ਕਿ ਕੋਈ ਨਾ ਕੋਈ ਗੱਡੀ ਤੁਹਾਡੇ 'ਚ ਵੱਜੇਗੀ ਖੁਸ਼ਵੰਤ ਨੂੰ ਯਾਦ ਆਇਆ ਪਿਛਲੇ ਵਾਰ ਸੁਖਵੰਤ ਦੀ ਲਾਪਤਾ ਇਸੇ ਸੜਕ ਤੇ ਟੁੱਟੀ ਸੀ ਇਹ ਸੜਕ ਉੱਤੇ ਖੁੱਲ੍ਹਦੀਆਂ ਗਲੀਆਂ ਕਿਲੇ ਦੀ ਫਸੀਲ ਉੱਤੇ ਲੱਗੀਆਂ ਤੋਪਾਈਆਂ ਪਤਾ ਨਹੀਂ ਕਦੋਂ ਇਸ ਜੋ ਨਿਕਲ ਕੇ ਕਿਸੇ ਤੇਜ਼ ਰਫਤਾਰ ਸਕੂਟਰ ਮੋਟਰਸਾਈਕਲ ਰੂਪੀ ਗੋਲੇ ਨੇ ਤੁਹਾਡੀਆਂ ਲੱਤਾਂ ਚ ਆ ਵੱਜਣਾ ਉਹ ਕਈ ਵਾਰ ਹੈਰਾਨ ਹੁੰਦਾ ਕਿ ਇੰਨੀਆਂ ਵੱਡੀਆਂ ਇੰਨੀਆਂ ਗੱਡੀਆਂ ਦੀਆਂ ਹਮੇਸ਼ਾ ਹੀ ਬ੍ਰੇਕਾਂ ਫੇਲ ਕਿਵੇਂ ਰਹਿੰਦੀ ਐ ਤੇ ਉਹ ਵੀ ਇੱਕੋ ਵੇਲੇ ਇਦਾਂ ਦੀ ਬ੍ਰੇਕਾਂ ਫੇਲ ਵਾਲੀ ਇੱਕ ਸਕੂਟਰੀ ਸੁਖਵੰਤ ਚ ਆ ਵੱਜੀ ਸੀ ਸੁਖਵੰਤ ਚਿੱਤਰਕਾਰ ਐ ਬਣਾ ਰਿਆ ਹੋਏਗਾ ਕੋਈ ਚਿੱਤਰ ਆਪਣੀ ਕਲਪਨਾ ਚ ਹਕੀਕਤ ਚ ਉਹਦੀ ਲੱਤ ਦੀ ਹੱਡੀ ਚ ਤਿੰਨ ਥਾਵਾਂ ਤੇ ਤਰੇੜ ਪੈ ਗਈ ਤੂੰ ਕੋਈ ਕਾਰਵਾਈ ਨਹੀਂ ਕੀਤੀ ਸਕੂਟਰ ਸਕੂਟਰੀ ਵਾਲੀ ਤੇ ਹਸਪਤਾਲ ਪਤਾ ਲੈਣ ਗਿਆ ਉਹਨੇ ਪੁੱਛਿਆ ਸੀ ਯਾਰ ਪਹਿਲਾਂ ਕੁਝ ਮਿੰਟ ਤਾਂ ਮੈਨੂੰ ਹੋਸ਼ ਹੀ ਨਹੀਂ ਆਈ ਜਦੋਂ ਆਈ ਉਹ ਸੌਰਤ ਨੇ ਇੰਨੀ ਅਦਾ ਨਾਲ ਮੁਸਕਰਾ ਕੇ ਤੇ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਸੌਰੀ ਕਿਹਾ ਕਿ ਆਪਾਂ ਉਸੇ ਪਲ ਉਹਨੂੰ ਮਾਫ ਕਰਦਾ ਕਿਸੇ ਹੁਸਨ ਔਰਤ ਤੋਂ ਸੌਰੀ ਸ਼ਬਦ ਸੁਣਨ ਦਾ ਮੌਕਾ ਮਸਮਸਾ ਮਿਲਦਾ ਸੁਖਵੰਤ ਨੇ ਉਸੇ ਮਾਸੂਮੀਅਤ ਨਾਲ ਕਿਹਾ ਜਿਸ ਤਰ੍ਹਾਂ ਦਾ ਉਹ ਸੀ ਕਵਿਤਾ ਨੇ ਸੁਖਵੰਤ ਦੇ ਸੱਟਾਂ ਲੱਗਣ ਬਾਰੇ ਸੁਣਿਆ ਤਾਂ ਉਹਨੂੰ ਇੱਕਦਮ ਸੁਖਵੰਤ ਦੀ ਚਿੰਤਾ ਲੱਗੀ ਤੁਸੀਂ ਵੀ ਜਨਾਬ ਜ਼ਰਾ ਧਿਆਨ ਨਾਲ ਸੜਕ ਤੇ ਤੁਰਿਆ ਕਰੋ ਇਹ ਸੜਕਾਂ ਤੁਹਾਡੀਆਂ ਕਲਪਨਾਵਾਂ ਨਾਲ ਨਹੀਂ ਬਣੀਆਂ। ਤਾਪ ਚੜੇ ਤੋਂ ਤਾਂ ਉਹਨੇ ਇੱਥੋਂ ਤੱਕ ਸੋਚਿਆ ਸੀ ਕਿ ਧਰਤੀ ਸਾਡੀਆਂ ਕਲਪਨਾਵਾਂ ਕਲਪਨਾਵਾਂ ਲਈ ਨਹੀਂ ਬਣੀ। ਇਸੇ ਲਈ ਉਹ ਅਜੇ ਤੱਕ ਬਾਜ਼ਾਰ ਵਾਲੇ ਸ਼ਹਿਰ ਤੇ ਰਿਹਾਇਸ਼ ਵਾਲੇ ਸ਼ਹਿਰ ਨੂੰ ਕੱਟਦੀ ਹੋਈ ਇੱਕੋ ਸੜਕ ਤੇ ਇੱਕ ਇਸ ਪਾਸੇ ਖੜਾ ਸੀ। ਬੇਤਹਾਸ਼ਾ ਟ੍ਰੈਫਿਕ ਦੇ ਰੁਕਣ ਦੀ ਉਡੀਕ ਵਿੱਚ। ਇਹ ਮਾਰੂ ਟ੍ਰੈਕ ਟ੍ਰੈਫਿਕ ਵੀ ਉਹਦੀਆਂ ਕਲਪਨਾਵਾਂ ਲਈ ਨਹੀਂ ਸੀ ਬਣਿਆ। ਮਹੱਲੇ ਦੀ ਜਿਸ ਸੜਕ ਉੱਤੇ ਚੱਲ ਕੇ ਉਹ ਸਟੌਕ ਤੱਕ ਪਹੁੰਚਿਆ ਸੀ ਕਦੇ ਬੇਰੌਣਕੀ ਜਿਹੀ ਹੁੰਦੀ ਸੀ ਉਦੋਂ ਸੜਕ ਦੇ ਦੋਵੇਂ ਪਾਸੇ ਲੋਕਾਂ ਦੇ ਘਰਾਂ ਦੇ ਬੂਹੇ ਹੀ ਖੁੱਲਦੇ ਸੀ ਕੋਈ ਟਾਵੇਂ ਟਾਵੇਂ ਦੁਕਾਨ ਹੀ ਦਿਖਦੀ ਸੀ ਦਿਸਦੀਆਂ ਦੁਕਾਨਾਂ 'ਚ ਇੱਕ ਦੋ ਹਲਵਾਈ ਦੀਆਂ ਤੇ ਬਾਕੀ ਦਰਜੀਆਂ ਦੀਆਂ ਸਨ ਇਸ ਮੁਹੱਲੇ ਦਾ ਨਾਂ ਸੀ ਜੱਟਪੁਰਾ ਇਸ 'ਚ ਇਸ ਨਾਂ ਵਿੱਚ ਟੌਰ ਤੇ ਅਖੜ ਪੁਣਾ ਦੋਵੇਂ ਇੱਕੋ ਵੇਲੇ ਸ਼ਾਮਲ ਸੀ ਖੁਸ਼ਵੰਤ ਦੀ ਇੱਕ ਮਾਸੀ ਸੀ ਮੁਹੱਲੇ ਦੀ ਇੱਕ ਪੀੜੀ ਗਲੀ 'ਚ ਰਹਿੰਦੀ ਸੀ ਇਸੇ ਲਈ ਬਚਪਨ ਚ ਵੀ ਉਹ ਕਦੇ-ਕਦੇ ਇਸ ਮੁਹੱਲੇ 'ਚ ਕੁਝ ਦਿਨ ਰਹਿ ਜਾਂਦਾ। ਮਾਸੀ ਦੇ ਘਰ ਪਿਆ ਸਾਈਕਲ 'ਤੇ ਕੋ ਸ਼ਹਿਰ ਦੀਆਂ ਸੜਕਾਂ ਵੇਖਣ ਤੁਰ ਜਾਂਦਾ। ਸਿਨੇਮੇ 'ਚ ਨਵੀਂ ਲੱਗੀ ਫਿਲਮ ਦੇ ਪੋਸਟਰ ਵੀ ਉਹਨੂੰ ਖਿੱਚਦੇ ਤੇ ਸ਼ਹਿਰ 'ਚ ਘੁੰਮਣ ਤੇ ਦੇਖਣ ਲਈ ਇੰਨਾ ਕੁਝ ਹੁੰਦਾ ਕਿ ਉਹਦੀਆਂ ਛੁੱਟੀਆਂ ਦੇ ਦਿਨ ਝੱਟ ਲੰਘ ਜਾਂਦੇ। ਮਾਸੜ ਦੀ ਬਾਜ਼ਾਰ 'ਚ ਦਰਜੀ ਦੀ ਮਸ਼ਹੂਰ ਦੁਕਾਨ ਸੀ, ਉਹ ਆਪ ਚੰਗਾ ਕਾਰੀਗਰ ਸੀ। ਮਾਵਾ ਲੱਗੀ ਆਕੜੀ ਪੱਗ ਬੰਨਦਾ, ਕੁੜਤਾ ਹਮੇਸ਼ਾ ਚਿੱਟਾ ਤੇ ਬੇਦਾਗ ਹੁੰਦਾ। ਡਾਕਟਰਾਂ ਦੇ ਗਲੇ ਦੇ ਸਟੈਥੋਸਕੋਪ ਪਵਾੰਗੀ ਉਸੇ ਦੇ ਗਲੇ 'ਚ ਹਮੇਸ਼ਾ ਇੰਚੀ ਟੇਪ ਹੁੰਦਾ ਸਾਰਾ ਸ਼ਹਿਰ ਉਸ ਕੋਲੋਂ ਕੋਟ ਸਵਾੰਦਾ ਸੀ ਗਾਕਾਂ ਦੀ ਹਰ ਵੇਲੇ ਲਾਈਨ ਲੱਗੀ ਰਹਿੰਦੀ ਕਦੇ ਹੀ ਕਿਤੇ ਕੀਤੇਕਰਾਰ ਅਨੁਸਾਰ ਗਾਖ ਨੂੰ ਕੋਟ ਪੈਂਟ ਮਿਲਦਾ ਉੰਜ ਸਿਉਣ ਦੇ ਕੰਮ ਲਈ ਉਸ ਕੋਲ ਕਾਰੀਗਰ ਸਨ ਆਪ ਉਹ ਸਿਰਫ ਕੱਟਣ ਦਾ ਹੀ ਕੰਮ ਕਰਦਾ ਸੀ ਦੁਕਾਨ ਦੇ ਕਾਊਂਟਰ ਤੇ ਕੱਪੜਾ ਵਿਛਾ ਕੇ ਉਹ ਇਹਨੂੰ ਨਿਹਾਰਦਾ ਇਸ ਕੱਪੜੇ ਨੂੰ ਦਿੱਤੇ ਜਾਣ ਵਾਲੇ ਸਭ ਤੋਂ ਸੋਹਣੇ ਰੂਪ ਦੀ ਕਲਪਨਾ ਕਰਦਾ ਇੰਚੀ ਟੇਪ ਤੇ ਫਿਰੋਜ਼ੀ ਰੰਗ ਦੇ ਚੌਕ ਨਾਲ ਖੇੜਦਾ ਲਕੀਰਾਂ ਵੰਧਦਾ ਕਿਰਚ ਕਿਰਚ ਕੈਂਚੀ ਚਲਦੀ ਨਵਾਂ ਦਿਨਾਂ ਘੱਟ ਐਨਾਂਪ ਅਨੁਸਾਰ ਨੱਕ ਦੇ ਘਿਸਕਾਈ ਐਨਕ ਵਿੱਚੋਂ ਕੱਟ ਤੇ ਉੱਪਰੋਂ ਵੱਧ ਦੇਖਦਾ ਮਾਸੜ ਨੂੰ ਬਰਾਦਰੀ ਦੇ ਕੰਮ ਕਰਨ ਦਾ ਵੀ ਸ਼ੌਕ ਸੀ ਸ਼ਹਿਰ ਦੀ ਟਾਂਕ ਖੱਤਰੀ ਸਭਾ ਦਾ ਪ੍ਰਧਾਨ ਸੀ ਬਰਾਦਰੀ ਚ ਮੁੰਡੇ ਕੁੜੀਆਂ ਦੇ ਕਈ ਰਿਸ਼ਤੇ ਉਹਨੇ ਕਰਵਾਏ ਸੀ ਖਾਸ ਕਰ ਪੜ੍ਹੇ ਲਿਖੇ ਮੁੰਡੇ ਕੁੜੀਆਂ ਦੇ ਆਪਸੀ ਰਿਸ਼ਤੇ ਜੋੜ ਕੇ ਉਹ ਖੁਸ਼ ਹੁੰਦਾ ਸੀ ਵੱਡੇ ਸ਼ਹਿਰ 'ਚ ਬਣਨ ਵਾਲੇ ਗੁਰੂ ਨਾਮਦੇਵ ਭਵਨ ਲਈ ਲੋਕਾਂ ਤੋਂ ਗ੍ਰਹੀ ਕਰਨ ਦਾ ਕੰਮ ਵੀ ਕਰਦਾ। ਵਿਆਹ ਸ਼ਾਦੀਆਂ ਜਾਂ ਭੋਗਾਂ ਤੇ ਪਰਿਵਾਰ ਵਾਲੇ ਉਹਨੂੰ ਪਰਿਵਾਰ ਵੱਲੋਂ ਸੰਗਤਾਂ ਦਾ ਧੰਨਵਾਦ ਕਰਨ ਲਈ ਆਖਦੇ। ਉਹ ਵੀ ਖੁਸ਼ੀ-ਖੁਸ਼ੀ ਇਹ ਸੇਵਾ ਨਿਭਾਉਂਦਾ। ਇੱਕ ਵਾਰ ਖੁਸ਼ਵੰਤ 마ਸੀ ਕੋਲ ਹੀ ਆਇਆ ਸੀ ਜਦੋਂ ਸ਼ਹਿਰ ਵਿੱਚ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਹੋਣੀਆਂ ਸੀ। ਮਾਸੜ ਵੀ ਆਪਣੇ ਮਹੱਲੇ ਵਾਲੇ ਵਾਰਡ ਵਿੱਚੋਂ ਉਮੀਦਵਾਰ ਸੀ। ਮਿਲਣ ਆਇਆਂ ਨੂੰ ਖਾਸ ਕਰ ਬਰਾਦਰੀ ਵਾਲਿਆਂ ਨੂੰ ਉਹ ਦੱਸਦਾ ਆਪਣੇ ਮਹੱਲੇ 'ਚ ਗਿਣਤੀ ਆਪਣੀ ਬਰਾਦਰੀ ਵਾਲਿਆਂ ਦੀ ਵੱਧ ਆ ਪਰ ਮਹੱਲੇ ਦਾ ਨਾਂ ਜੱਟਪੁਰ ਆਪਾਂ ਇਹ ਨਾਂ ਬਦਲਾਉਣਾ ਹੈ ਮੈਂ ਇਸੇ ਲਈ ਵੋਟਾਂ 'ਚ ਖੜਾ ਖੁਸ਼ਵੰਤ ਸੋਚਦਾ ਬਦਲ ਬਦਲਵਾ ਨਾਂ ਕੀ ਹੋ ਸਕਦਾ ਛੇਂਬਾਪੁਰਾ ਤਾਂ ਜੱਜਦਾ ਨਹੀਂ ਮਾਸਣੀਆਂ ਨੂੰ ਦੱਸਿਆ ਪੁੱਤਰਾ ਆਪਣੇ ਸਾਰੇ ਸ਼ਹਿਰਾਂ 'ਚ ਮਹੱਲਿਆਂ ਦੇ ਪਤਾ ਕੀ ਨਾਂ ਬਾੜੀਆਂ ਮਹੱਲਾ ਧੋਬੀਆਂ ਮਹੱਲਾ ਮੱਲਾ ਸੁਨਾਰਾ ਮਹੱਲਾ ਕੀਮਾ ਬਸਤੀ ਤੇਲੀਆਂ ਇਦਾਂ ਹੀ ਮਹੱਲਾ ਟਾਂਕ ਛਤਰੀਆਂ ਮਹੱਲਾ ਦਰਜੀਆਂ ਜਾਂ ਹੋਰ ਨਹੀਂ ਤਾਂ ਬਾਬਾ ਨਾਮਦੇਵ ਦੇ ਨਾਂ ਤੇ ਮਹੱਲੇ ਦਾ ਨਾਂ ਹੋ ਸਕਦਾ ਖੁਸ਼ਵੰਤ ਨੂੰ ਇਹਨਾਂ 'ਚ ਕੋਈ ਨਾਂ ਨਹੀਂ ਸੀ ਜਚਿਆ ਇਹਨਾਂ ਨਾਲੋਂ ਤਾਂ ਮਹੱਲਾ ਜੱਟਪੁਰਾ ਹੀ ਠੀਕ ਸੀ ਨਾਂ 'ਚ ਟੌਰਤਾ ਸੀ ਅਖਣਪੁਰੇ ਦਾ ਅਖੜਪੁਰੇ ਦਾ ਕੀ ਹੈ ਚੱਲ ਚੱਲ ਜਾਂਦਾ ਖੁਸ਼ਵੰਤ ਵੀ ਬੱਚਿਆਂ ਨਾਲ ਚੋਣ ਪ੍ਰਚਾਰ ਚ ਜਾਂਦਾ ਉਦੋਂ ਅਜੇ ਬੱਚਿਆਂ ਕੋਲੋਂ ਚੋਣ ਪ੍ਰਚਾਰ ਕਰਵਾਉਣਾ ਮਨਾਂ ਨਹੀਂ ਸੀ ਮਾਸੜ ਦੇ ਨਾਂ ਤੇ ਚੋਣ ਨਿਸ਼ਾਨ ਵਾਲਾ ਬੈਨਰ ਚੁੱਕੇ ਬੱਚੇ ਦੋ ਦੋ ਦੀਆਂ ਕਤਾਰਾਂ ਚ ਤੁਰਦੇ। ਮਾਸੜ ਨੂੰ ਚੋਣ ਨਿਸ਼ਾਨ ਵੀ ਕੈਂਚੀ ਮਿਲਿਆ ਸੀ ਜਾਂ ਮਾਸੜ ਨੇ ਜਾਣ ਬੁੱਝ ਕੇ ਲਿਆ ਸੀ। ਬੱਚੇ ਗਲੀਆਂ ਤੇ ਸੜਕਾਂ 'ਚ ਨਾਰੇ ਮਾਰ ਕੇ ਘਰ ਆ ਜਾਂਦੇ। ਨਾਰੇ ਮਾਸੀ ਨੇ ਹੀ ਘੜੇ ਸੀ। ਬੱਚਿਆਂ ਨੇ ਨੌ ਸਿਖਾਏ ਸੀ। ਮੋਹਰਾਂ ਲਾਓ ਕੈਂਚੀ ਤੇ ਸਾਡਾ ਨੇਤਾ ਆਤਮਾ ਸਿੰਘ ਆਤਮਾ ਸਿੰਘ ਜਿੰਦਾਬਾਦ। ਤੇ ਮਾਸੀ ਬੱਚਿਆਂ ਨੂੰ ਸ਼ਰਬਤ ਪਿਉਂਦੀ, ਬਦਾਣਾ ਖਵਾਉਂਦੀ, ਬਰਾਦਰੀ ਦੇ ਬੰਦਿਆਂ ਨਾਲ ਮਾਸੜ ਵੀ ਘਰ ਘਰ ਵੋਟ ਕਹਿਣ ਲਈ ਗਿਆ ਪਰ ਇਹਦੇ باوجود ਮਾਸੜ ਦੀ ਮਾੜੀ ਕਿਸਮਤ ਨੂੰ ਉਹ 100 ਤੋਂ ਵੋਟਾਂ 100 ਤੋਂ ਉੱਤੇ ਵੋਟਾਂ ਨਾਲ ਹਾਰ ਗਿਆ ਮੱਲੇ ਦਾ ਨਾਮ ਬਦਲਣ ਤੋਂ ਬਚ ਗਿਆ ਖੁਸ਼ਵੰਤ ਹੁਣ ਵੀ ਕਈ ਵਾਰ ਸੋਚਦਾ ਜੇ ਮਾਸੜ ਜਿੱਤ ਜਾਂਦਾ ਤਾਂ ਇਸ ਮੱਲੇ ਦਾ ਕੀ ਨਾਮ ਹੁੰਦਾ ਕੀ ਹੋਰ ਨਾਮ ਹੁੰਦਾ ਤਾਂ ਸੜਕਾਂ ਉੱਤੇ ਭੀੜ-ਭਾੜ ਘੱਟ ਹੁੰਦੀ ਗਲੀਆਂ 'ਚ ਤੋਪ ਦੇ ਗੋਲਿਆਂ ਵਾਂਗ ਬ੍ਰੇਕਾਂ ਫੇਲ ਵਾਲੇ ਵਾਹਨ ਨਾ ਨਿਕਲਦੇ ਸੜਕ ਉੱਤੇ ਹਰ ਗੱਡੀ ਤੋਂ ਅੱਗੇ ਨਿਕਲ ਜਾਣਾ ਚਾਹੁੰਦੇ ਲੋਕ ਨਾ ਹੁੰਦੇ ਕੀ ਤੁਸੀਂ ਸੜਕ ਉੱਤੇ ਦੌੜਦੀ ਹਰ ਗੱਡੀ ਤੋਂ ਅੱਗੇ ਨਿਕਲ ਸਕਦੇ ਹੋ ਜੋ ਗੱਡੀ ਸਭ ਤੋਂ ਅੱਗੇ ਜਾਪਦੀ ਉਹ ਤੋਂ ਅੱਗੇ ਵੀ ਇੱਕ ਗੱਡੀ ਹੋਏਗੀ ਇਹ ਦੁਨੀਆ ਗੋਲ ਹੈ ਭਾਈ ਜਾਨ ਉਹ ਜਗਦੀਸ਼ ਨਾਲ ਕੰਡਕਟਰ ਸੀਟ ਉੱਤੇ ਬੈਠਾ ਕਹਿੰਦਾ ਇਥੇ ਹਰ ਗੱਡੀ ਦੇ ਅੱਗੇ ਇੱਕ ਹੋਰ ਗੱਡੀ ਹੋਣੀ ਲਾਜ਼ਮੀ ਹੈ ਜਗਦੀਸ਼ ਦੀ ਡਰਾਈਵਿੰਗ ਇਸੇ ਤਰ੍ਹਾਂ ਦੀ ਹੈ ਐਕਸੀਲੇਟਰ ਨੂੰ ਜਿੰਨਾ ਦਬਾ ਸਕਦਾ ਹੋਏ ਦਬਾਏਗਾ ਅੱਗੇ ਜਾਂਦੀ ਗੱਡੀ ਦੇ ਬਿਲਕੁਲ ਨੇੜੇ ਜਾ ਕੇ ਬ੍ਰੇਕ ਦਬੇਗਾ ਇਸੇ ਲਈ ਉਹ ਇਸ ਦੀ ਗੱਡੀ ਵਿੱਚ ਛੇਤੀ ਅੱਗੇ ਨਹੀਂ ਬੈਠਦਾ ਕਿਸੇ ਹੋਰ ਨੂੰ ਅਗਲੀ ਸੀਟ ਪੇਸ਼ ਕਰ ਦਿੰਦਾ ਫਸਦਾ ਉਹ ਉਦੋਂ ਐ ਜਦੋਂ ਦੋਹਾਂ ਨੇ ਕਿਤੇ ਜਾਣਾ ਹੁੰਦਾ ਸਾਰੀ ਰਾਹ ਉਹ ਸੜਕ ਤੇ ਨਜ਼ਰਾਂ ਗੱਡੀ ਉਹ ਬ੍ਰੇਕਾਂ ਨੱਪਦਾ ਰਹਿੰਦਾ ਜੋ ਕੰਡਕਟਰ ਪਾਸੀ ਹੁੰਦੀਆਂ ਹੀ ਨਹੀਂ ਤੇਰੇ ਵਰਗੇ ਲੋਕ ਜਿਨ੍ਹਾਂ ਨੂੰ ਗੱਡੀ ਚਲਾਉਣੇ ਨਹੀਂ ਆਉਂਦੀ ਇਦਾਂ ਹੀ ਡਰਦੇ ਰਹਿੰਦੇ ਆ ਮੇਰੀ ਗੱਡੀ 'ਚ ਬੈਠਣਾ ਹੁੰਦਾ ਤੇ ਮੇਰੇ ਤੇ ਭਰੋਸਾ ਕਰਕੇ ਬੈਠਿਆ ਕਰ ਜਗਦੀਸ਼ ਨੇ ਉਹਦੇ ਉੱਤੇ ਪਲਟਵਾਰ ਕੀਤਾ ਸੀ ਉਹਨੂੰ ਪਤਾ ਹੁੰਦਾ ਹੈ ਕਿ ਖੁਸ਼ਵੰਤ ਨੂੰ ਚੁੱਪ ਕਿਵੇਂ ਕਰਾਉਣਾ ਹੈ ਪਰੋਸਾਂ ਨਹੀਂ ਭਾਈ ਮੈਂ ਤਾਂ ਜੀਣਾ ਹੀ ਤੇਰੇ ਆਸਰੇ ਆ ਆਖੇ ਉਹ ਅੱਖਾਂ ਬੰਦ ਕਰਕੇ ਬੈਠ ਜਾਂਦਾ ਚੌਕ 'ਚ ਖੜਾ ਖੁਸ਼ਵੰਤ ਦੇਖ ਰਿਹਾ ਸੀ ਕਿ ਅੱਜ ਸੜਕ 'ਤੇ ਆਮ ਨਾਲੋਂ ਵੱਧ ਭੀੜ ਹੈ ਤਿਉਹਾਰਾਂ ਦੇ ਦਿਨ ਸ਼ੁਰੂ ਹੋਣ ਵਾਲੇ ਹਨ ਸ਼ਾਇਦ ਇਸੇ ਲਈ ਦੁਕਾਨਾਂ 'ਤੇ ਵੱਧ ਭੀੜ ਦਿਸ ਰਹੀ ਹੈ ਸੜਕਾਂ 'ਤੇ ਦੌੜਦੀਆਂ ਗੱਡੀਆਂ ਵੀ ਇਦਾਂ ਹੀ ਜਾ ਰਹੀਆਂ ਜਿਵੇਂ ਕੋਈ ਫੌਜੀ ਪਰੇਡ ਹੋਵੇ ਇਹਨਾਂ ਗੱਡੀਆਂ 'ਚ ਬੈਠੇ ਲੋਕ ਕਿਸੇ ਜੰਗ ਨੂੰ ਹੀ ਜਾ ਰਹੇ ਲੱਗਦੇ ਆ ਕੁਝ ਲੋਕਾਂ ਨੂੰ ਪਤਾ ਹੈ ਕਿ ਇਨਾ ਚੋ ਜ਼ਿਆਦਾਤਰ ਗੱਡੀਆਂ ਉਹਨਾਂ ਡਾਲਰਾਂ ਨਾਲ ਖਰੀਦੀਆਂ ਗਈਆਂ ਜੋ ਬਲੈਤਾਂ 'ਚ ਉੱਡ-ਉੱਡ ਘਰਾਂ 'ਚ ਡਿੱਗਦੇ ਐ ਜਿਨ੍ਹਾਂ ਲੋਕਾਂ ਦੇ ਘਰਾਂ ਦੀਆਂ ਛੱਤਾਂ ਉੱਤੋਂ ਜਿੱਨ੍ਹਾਂ ਪਹਿਲਾਂ ਜਹਾਜ਼ ਉੱਡਿਆ ਓਡੀ ਵੱਡੀ ਗੱਡੀ ਉਹਨਾਂ ਦੇ ਵੇੜੇ 'ਚ ਆ ਖੜੀ ਹੋਈ ਘਰ 'ਚੋਂ ਜੀ ਗਾਇਬ ਹੋ ਗਿਆ ਗੱਡੀ ਬਾਕੀ ਬਚਦੇ ਟੱਬਰ ਚਾਰ ਲਈ ਇਨ੍ਹਾਂ ਗੱਡੀਆਂ 'ਚ ਬਲੈਤੀਏ ਵੀ ਹੋਣਗੇ ਬਲੈਤੀ ਜਨਾਨੀਆਂ ਬਾਜ਼ਾਰਾਂ 'ਤੇ ਟੁੱਟ ਪੈਣਗੀਆਂ ਜਿਵੇਂ ਫੌਜਾਂ ਦੁਸ਼ਮਣ ਉੱਤੇ ਹਮਲਾ ਕਰਦੀਆਂ ਅਚਾਨਕ ਬਾਜ਼ਾਰ ਸਸਤੇ ਰੁਪਈਆ ਦੇ ਬਲੈਤੀ ਖੁਸ਼ਬੂਆਂ ਨਾਲ ਭਰ ਜਾਏਗਾ ਇਹ ਗੋਰੀਆਂ ਚਟੀਆਂ ਬਲੈਤੀ ਜਨਾਨੀਆਂ ਇਸੇ ਧਰਤੀ ਤੋਂ ਗਈਆਂ ਸੀ ਉਦੋਂ ਵੀ ਖੂਬ ਗੋਰੀਆਂ ਹੁੰਦੀਆਂ ਸਨ ਗੋਰੀ ਧਰਤੀ ਦੇ ਮੇਚ ਦੀਆਂ ਹੁਣ ਹੋਰ ਵੱਧ ਗੋਰੀਆਂ ਚਟੀਆਂ ਹੋ ਕੇ ਪਰਤੀਆਂ ਹਨ ਇਹਨਾਂ ਚ ਕੁਝ ਇਸ ਧਰਤੀ ਦੀ ਤਸਵੀਰ ਤੋਂ ਵਾਕਿਫ ਨਹੀਂ ਹੁੰਦੀਆਂ ਸ਼ਾਇਦ ਉੱਥੇ ਜੰਮੀਆਂ ਹੋਣਗੀਆਂ ਤੇ ਬਾਜ਼ਾਰ ਉਹਨਾਂ ਵੱਲ ਵੱਧ ਦਿਲਚਸਪੀ ਨਾਲ ਝਾਕਦਾ ਹੈ ਨੰਗੀਆਂ ਪਿੰਨੀਆਂ ਦਾ ਵਿਆਸ ਮਿਲਦਾ ਹੈ ਇਧਰ ਲੀਆਂ ਔਰਤਾਂ ਤਾਂ ਬਾਜ਼ਾਰ ਨੂੰ ਆਪਣਾ ਪਿੰਡਾਈ ਵੇਖਣ ਦਾ ਮੌਕਾ ਦਿੰਦੀਆਂ ਕੈਂਚੀ ਸੂਟ ਕੱਟਦੇ ਆ ਪਿੱਠ ਵਾਲੇ ਪਾਸੇ ਖੁੱਲ ਕੇ ਚੱਲਦੀ ਹੈ ਖੁਸ਼ਵੰਤ ਨੂੰ ਯਾਦ ਹੈ ਜਦੋਂ ਪਿੰਡ 'ਚ ਵਿਆਹ ਹੁੰਦੇ ਸੀ ਤਾਂ ਮੁੰਡੇ ਦੇ ਪਿਓ ਦੇ ਹੱਥ 'ਚ ਇੱਕ ਰੇਸ਼ਮੀ ਗੁੱਤਲੀ ਹੁੰਦੀ ਸੀ ਉਹਦੇ 'ਚ ਹਰ ਮੁੱਲ ਦੇ ਸਿੱਕੇ ਹੁੰਦੇ ਸੀ ਪਿਓ ਨੂੰ ਪਿਓ ਨੂੰ ਪੁੱਤ ਦੇ ਸਿਰ ਉੱਤੋਂ ਦੀ ਸਿੱਕੇ ਹਵਾ 'ਚ ਸੁੱਟ ਦਿੰਦਾ ਨਿਆਣੇ ਪੈਸੇ ਲੁੱਟਣ ਪਹਿਲਾਂ ਹੀ ਉੱਥੇ ਖੜੇ ਹੁੰਦੇ ਜਿਹਦੇ ਹੱਥ ਜਿੰਨੇ ਪੈਸੇ ਆ ਜਾਂਦੇ ਉਹ ਲੈ ਕੇ ਦੌੜ ਜਾਂਦਾ ਹਾਲਾਂਕਿ ਪੈਸੇ ਪਿਓ ਦੇ ਨੇ ਮਰਜ਼ੀ ਨਾਲ ਹੀ ੁੱਟੇ ਹੁੰਦੇ ਸੀ ਪਰ ਨਿਆਣੇ ਇਹਨੂੰ ਪੈਸੇ ਲੁੱਟਣਾ ਕਹਿੰਦੇ ਇਹਨਾਂ ਲੁੱਟੇ ਪੈਸਿਆਂ ਦਾ ਆਪਣਾ ਹੀ ਮਜ਼ਾ ਸੀ ਜੇਬੀ ਚ ਸਿੱਕਿਆਂ ਨੂੰ ਟੋਂਦੇ ਉਹ ਬਿਨਾਂ ਕਿਸੇ ਤੋਂ ਪੁੱਛਿਆ ਅੱਡੇ ਤੇ ਜਾਂਦੇ ਪਿਆਰੇ ਹਲਵਾਈ ਦਾ ਵੇਸਣ ਖਾਂਦੇ ਪਿਆਰੇ ਹਲਵਾਈ ਦਾ ਮੁੰਡਾ ਨਿੱਕਾ ਉਹਨਾਂ ਨਾਲ ਹੀ ਪੜਦਾ ਸੀ ਹਮੇਸ਼ਾ ਵਾਂਗੂ ਆਪਣੀ ਦੁਕਾਨ ਤੇ ਹੀ ਹੁੰਦਾ ਤੇ ਬਹੁਤੀ ਵਾਰ ਉਹੀ ਵੇਸਣ ਤੋਲ ਕੇ ਵੀ ਦਿੰਦਾ ਉਹ ਸੋਚਦੇ ਹਰ ਵੇਲੇ ਮਠਿਆਈਆਂ ਕੋਲ ਬੈਠ ਕੇ ਵੀ ਇਹ ਇਹਦਾ ਖਾਣ ਨੂੰ ਜੀ ਕਿਉਂ ਨਹੀਂ ਕਰਦਾ ਬੁਲੈਤਣਾ ਦੇ ਹੱਟੀ 'ਚ ਵੜਦੇ ਆਂ ਦੁਕਾਨਦਾਰ ਵੀ ਇਦਾਂ ਮਹਿਸੂਸ ਕਰਦੇ ਹੋਣਗੇ ਪੈਸੇ ਲੁੱਟਣ ਵਰਗਾ ਦੁਨੀਆ ਦੇ ਗੱਲਿਆਂ 'ਚ ਪਹਿਲਾਂ ਪਏ ਨੋਟ ਦੁਬੱਕੇ ਖੂੰਜੇ 'ਚ ਵੜਦੇ ਹੋਣਗੇ ਹੁਣ ਕਿੰਨੇ ਨਵੇਂ ਨੋਟਾਂ ਲਈ ਵੀ ਤਾਂ ਗੱਲੇ 'ਚ ਥਾਂ ਚਾਹੀਦੀ ਹੋਏਗੀ ਇਸੇ ਲਈ ਬੁਲੈਤਿਆਂ ਨੂੰ ਦੇਖਦੇ ਆਂ ਦੁਕਾਨਦਾਰ ਇੱਧਰ ਲਈ ਗਾਕਾਂ ਨੂੰ ਛੱਡ ਦਿੰਦੇ ਆ ਵੱਡੀ ਮੱਛੀ ਹੱਥ ਆਉਂਦੀ ਹੋਵੇ ਤਾਂ ਪੂੰਗ ਨੂੰ ਕੌਣ ਪੁੱਛਦਾ ਫਲਾਂਜੀ ਦੁਕਾਨ ਦੁਕਾਨ ਦੇ ਸਭ ਮਹਿੰਗੇ ਸੂਟ ਬਲੈਤਨਾ ਸਾਹਮਣੇ ਵਿਛਾ ਦਿੱਤੇ ਜਾਂਦੇ ਆ। ਬਲੈਤਨਾ ਕੱਪੜਿਆਂ ਦੇ ਟੈਕਸਚਰ ਨੂੰ ਉਂਗਲਾਂ 'ਚ ਮਹਿਸੂਸ ਕਰਦਿਆਂ ਕਿਸੇ ਅਗੰਮੀ ਆਨੰਦ ਤੇ ਸੰਤੁਸ਼ਟੀ 'ਚ ਡੁੱਬ ਜਾਂਦੀਆਂ। ਸ਼ਾਪਿੰਗ ਦੀ ਕਿਰਿਆ 'ਚ ਇਹ ਆਨੰਦ ਤੇ ਸੰਤੁਸ਼ਟੀ ਉਹ ਬਲੈਤ 'ਚ ਮਹਿਸੂਸ ਨਹੀਂ ਕਰਦੀਆਂ। ਬਲੈਤ ਵਿੱਚ ਤਾਂ ਉਹ ਕਾਊਂਟਰਾਂ ਦੇ ਦੂਜੇ ਪਾਸੇ ਹੁੰਦੀਆਂ। ਗਾਹਕਾਂ ਨੂੰ ਮਾਲ ਫੜਾਉਂਦੀਆਂ। ਇੱਥੇ ਉਹ ਗਾਹਕ ਐ ਤੇ ਗਾਹਕ ਵੀ ਦੇਸੀ ਗਾਹਕਾਂ ਨਾਲੋਂ ਉੱਚੇ ਰੁਤਬੇ ਵਾਲੇ। ਓ ਮਾਈ ਗਾਡ ਉਹ ਠੰਡਾ ਸਾ ਲੈਨੀ। ਇਟਸ ਸੋ ਰਿਲੈਕਸਿੰਗ ਇਹden ਇੱਕ ਹੋਰ ਤਰ੍ਹਾਂ ਦੀ ਲੁੱਟ ਵਾਲੇ ਵੀ ਤਾਂ ਨੇ ਜਿਵੇਂ ਸਤਸੰਗ ਚ ਆਖਦੇ ਨੇ ਰਾਮਨਾਮ ਕੀ ਲੁੱਟ ਹੈ ਲੁੱਟ ਸਕੇ ਤਾਂ ਲੁੱਟ ਨਰਾਤੇ ਸ਼ੁਰੂ ਹੋਣ ਵਾਲੇ ਹਨ ਲੋਕ ਨਰਾਤਿਆਂ ਦੀਆਂ ਤਿਆਰੀਆਂ ਕਰ ਰਹੇ ਹਨ ਜਿਨ੍ਹਾਂ ਨੇ ਉਦੋਂ ਵਰਤ ਰੱਖਣੇ ਹਨ ਉਹ ਹੁਣ ਵੱਧ ਖਾ ਕੇ ਤੇ ਵੱਧ ਪੀ ਕੇ ਆਪਣੇ ਸਰੀਰ ਨੂੰ ਉਹਨਾਂ ਦਿਨਾਂ ਲਈ ਤਿਆਰ ਕਰ ਰਹੇ ਹਨ ਵੱਧ ਖਾਣ ਤੇ ਵੱਧ ਪੀਣ ਲਈ ਵੱਧ ਖਰੀਦਣਾ ਵੀ ਪੈਗਾ ਇਸ ਲਈ ਉਹ ਲੋਕ ਵੀ ਸੜਕਾਂ ਉੱਤੇ ਵੱਧ ਹੋਣਗੇ ਉਹ ਅੰਦਾਜ਼ਾ ਲਾਉਂਦੇ ਨਰਾਤਿਆਂ ਚ ਬਾਜ਼ਾਰ ਗਲੀਆਂ ਜਗਰਾਤੇ ਕਰਵਾਉਣ ਚ ਇੱਕ ਦੂਜੇ ਨਾਲ ਮੁਕਾਬਲਾ ਕਰਦੀਆਂ ਆਪਣੀ ਵਿੱਤ ਤੇ ਉਗਰਾਹੀ ਅਨੁਸਾਰ ਮੂਰਤੀਆਂ ਸਜਾਈਆਂ ਤੇ ਜੋਤਾਂ ਜਗਾਈਆਂ ਜਾਂਦੀਆਂ ਵੱਡੇ ਜਗਰਾਤਿਆਂ ਚ ਵੱਡੀ ਉਗਰਾਹੀ ਹੁੰਦੀ ਹੈ ਵੱਡੇ ਵੱਡੇ ਲੋਕ ਪਹੁੰਚਦੇ ਐ ਸ਼ਹਿਰ ਦਾ ਐਮਐਲਏ ਭਗਵੇਂ ਰੰਗ ਦੀ ਪੱਗ ਬਨ ਕੇ ਆਉਂਦਾ ਹੈ ਜੋਤਾਂ ਨੂੰ ਨਮਸਕਾਰ ਕਰਦਾ ਹੈ ਇਹ ਜੋਤਾਂ ਨੌਜਵਾਨਾਂ ਨੇ ਵਕ ਵਕ ਪਹਾੜਾਂ ਚ ਬਣੇ ਤੀਰਥ ਸਥਾਨਾਂ ਤੋਂ ਜਗਾ ਕੇ ਲਿਆਂਦੀਆਂ ਸਾਰਾ ਸ਼ਹਿਰੀ ਜੀਵਤਾਂ ਦੇ ਦਰਸ਼ਨ ਕਰਨ ਉਮੜ ਆਉਂਦਾ ਹੈ। ਚੜਾਵੇ ਨਾਲ ਸਭ ਖਰਚੇ ਪੂਰੇ ਹੋ ਜਾਂਦੇ ਆ। ਸ਼ਹਿਰ ਦੇ ਬਾਜ਼ਾਰਾਂ, ਸ਼ਹਿਰ ਦੇ ਬਾਜ਼ਾਰਾਂ 'ਚ ਲੱਗੇ ਲਾਊਡਸਪੀਕਰਾਂ ਵਿੱਚੋਂ ਜਗਰਾਤੇ 'ਚ ਗਾਈਆਂ ਜਾ ਰਹੀਆਂ ਭੇਟਾ ਦਾ ਸਿੱਧਾ ਆਵਾਜ਼ੀ ਪ੍ਰਸਾਰਣ ਹੋਈ ਜਾਂਦਾ ਹੈ। ਦੁਕਾਨਾਂ 'ਚ ਖਰੀਦੋ-ਫਰੋਕਤ ਵਿੱਚ ਲੱਗੇ ਦੁਕਾਨਦਾਰ ਤੇ ਗਾਹਕ ਵੀ ਜੈ ਮਾਤਾ ਦੀ ਤੇ ਜੈਕਾਰੇ ਵਿੱਚ ਆਪਣੀ ਆਵਾਜ਼ ਰਿਲਾ ਦਿੰਦੇ ਆ। ਛੋਟੀਆਂ ਗਲੀਆਂ ਜਾਂ ਸੜਕਾਂ 'ਤੇ ਛੋਟੇ ਜਗਰਾਤੇ ਹੁੰਦੇ ਹਨ। ਇਹਨਾਂ 'ਤੁਹ' ਦੁਕਾਨਦਾਰ ਰਲ ਜਾਂਦੇ ਹਨ ਜਾਂ ਫਿਰ ਕੁਝ ਹੋਰ ਲੋਕ ਜੋ ਕੁਝ ਦਿਨਾਂ ਲਈ ਆਪਣੇ ਕੰਮਾਂ ਤੋਂ ਛੁੱਟੀ ਲੈ ਲੈਂਦੇ ਹਨ। ਉਹਨਾਂ ਦੇ ਘਰ ਕੋਲ ਇੱਕ ਕੰਮਾ ਰਹਿੰਦਾ ਹੈ। ਕੰਮਾ ਸਾਰਾ ਦਿਨ ਆਪਣੇ ਸਕੂਟਰ ਤੇ ਲੋਕਾਂ ਦੀਆਂ ਬੜਨੀਆਂ ਕੋਠੀਆਂ ਵੱਲ ਘੇੜੇ ਮਾਰਦਾ ਹੈ। ਕਿਸੇ ਨੂੰ ਭਰਤੀ ਚਾਹੀਦੀ ਹੁੰਦੀ ਹੈ, ਕਿਸੇ ਕੁਲ ਸੁੱਟਣ ਲਈ ਮਲਬਾ ਹੁੰਦਾ ਹੈ। ਉਹ ਦੋਹਾਂ ਪਾਰਟੀਆਂ ਤੋਂ ਪੈਸੇ ਲੈ ਕੇ ਇੱਕ ਥਾਂ ਤੇ ਮਲਬਾ ਟਰਾਲੀ ਨਾਲ ਚੁੱਕ ਕੇ ਦੂਜੀ ਥਾਂ ਸੁੱਟਾਉਂਦਾ ਹੈ। ਦੋਹਾਂ ਪਾਰਟੀਆਂ ਦਾ ਕੰਮ ਸੂਤ ਤੇ ਕਮੇ ਦੀ ਜੇਬ ਭਰੀ। ਹਰੋ ਜਗਰਾਤੇ ਤੋਂ 10 ਦਿਨ ਪਹਿਲਾਂ ਹੀ ਕੰਮ ਛੱਡ ਦਿੰਦਾ ਹੈ 10 ਦਿਨ ਵਾਲੇ ਦੁਆਲੇ ਦੇ ਮੁੰਡੇ ਤੇ ਨਿਆਣਿਆਂ ਸਿਆਣਿਆਂ ਨੂੰ ਇਕੱਠੇ ਕਰ ਗਲੀਆਂ ਮੱਲਿਆਂ 'ਚੋਂ ਪੈਸੇ ਇਕੱਠੇ ਕਰਦਾ ਹੈ ਵਧੇਰੇ ਲੋਕ ਖੁਸ਼ੀ ਨਾਲ ਜਾ ਮਾਂਦੀਆਂ ਮੇਰਾ ਤੋਂ ਮਹਿਰੂਮ ਰਹਿਣ ਦੇ ਡਰ ਤੋਂ ਪੈਸੇ ਦੇ ਦਿੰਦੇ ਆ ਖੁਸ਼ਵੰਤ ਨੇ ਇਸ ਤਰ੍ਹਾਂ ਪੈਸੇ ਇਕੱਠੇ ਕਰਨ ਵਾਲਿਆਂ ਨੂੰ ਕਦੇ ਚੰਦਾ ਨਹੀਂ ਸੀ ਦਿੱਤਾ ਉਹ ਸਿੱਧੀ ਨਾ ਨਹੀਂ ਸੀ ਕਰਦਾ ਹੱਥ ਜੋੜ ਕੇ ਆਖਦਾ ਮੈਂ ਜਗਰਾਤੇ ਤੇ ਆਵਾਂਗਾ ਤੇ ਉੱਥੇ ਮੱਥਾ ਟੇਕਾਂਗਾ ਕੰਮੇ ਨੂੰ ਪਤਾ ਹੁੰਦਾ ਸੀ ਕਿ ਇਸ ਪ੍ਰੋਫੈਸਰ ਨੇ ਜਗਰਾਤੇ ਉੱਤੇ ਕਦੇ ਨਹੀਂ ਆਉਣਾ ਪਰ ਉਹ ਕੁਝ ਨਾ ਬੋਲਦਾ ਤੇ ਚੁੱਪਚਾਪ ਅਗਲੀ ਕੋਠੀ ਦੀ ਬੈਲ ਮਾਰ ਦਿੰਦਾ ਹੁਣੇ ਸਾਹਮਣੇ ਦਿਸਦੇ ਦਿਸਦੇ ਲక్ష్ਮੀ ਨਾਰਾਇਣ ਮੰਦਿਰ ਚ ਕੁਝ ਲੋਕ ਬੜੇ ਨੇ ਇਸ ਟੌਕ ਦੇ ਪਰਲੇ ਪਾਸੇ ਬਾਜ਼ਾਰ ਦੇ ਸ਼ੁਰੂ ਚ ਇਹ ਮੰਦਿਰ ਦਿਸਦਾ ਹੈ ਸ਼ਾਮ ਵੇਲੇ ਮੰਦਿਰ ਚ ਦੇਸੀ ਦਵਾਈਆਂ ਦੇਣ ਵਾਲਾ ਹਕੀਮ ਬੈਠਦਾ ਉਹ ਆਯੁਰਵੇਦ ਦੇ ਨੁਸਖੇ ਅਨੁਸਾਰ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੰਦਾ ਹੈ ਆਯੁਰਵੇਦ ਨੂੰ ਉਤਸ਼ਾਹਤ ਕਰਨ ਲਈ ਮੰਦਿਰ ਦੀ ਪ੍ਰਬੰਧਕੀ ਕਮੇਟੀ ਨੇ ਉਦਦਮ ਕੀਤਾ ਕਮੇਟੀ ਪ੍ਰਾਚੀਨਤਾ ਨੂੰ ਮਹਾਨ ਮੰਨਦੀ ਹੈ ਇਸ ਲਈ ਪ੍ਰਾਚੀਨਤਾ ਦਾ ਪ੍ਰਚਾਰ ਕਰਦੀ ਹੈ ਅੰਗਰੇਜ਼ੀ ਦਵਾਈਆਂ ਨਾ ਖਰੀਦ ਸਕਣ ਵਾਲੇ ਸ਼ਹਿਰ ਦੇ ਗਰੀਬ ਲੋਕਾਂ ਨੂੰ ਕੁਝ ਫਾਇਦਾ ਹੋ ਜਾਂਦਾ ਹੈ ਗਰੀਬ ਲੋਕਾਂ ਤੇ ਦਵਾਈਆਂ ਦੋਹਾਂ ਦਾ ਪ੍ਰਬੰਧ ਮੰੰਦਰ ਦੀ ਕਮੇਟੀ ਕਰਦੀ ਹੈ ਪਿਛਲੇ ਕੁਝ ਵਰਿਆਂ 'ਚ ਖੁਸ਼ਵੰਤ ਨੇ ਦੇਖਦੇ ਆਂ ਦੇਖਦੇ ਆਂ ਲੋਕਾਂ ਨੇ ਸ਼ਹਿਰ 'ਚੋਂ ਕਈ ਪ੍ਰਾਚੀਨ ਮੰਦਰ ਲੱਭ ਲਏ ਪਹਿਲਾਂ ਜੋ ਸਾਦ ਮੁਰਾਦੇ ਕਸੀਆਂ ਇੱਟਾਂ ਵਾਲੇ ਸ਼ਿਵਾਲੇ ਹੁੰਦੇ ਸੀ ਹੁਣ ਪ੍ਰਾਚੀਨ ਸ਼ਿਵ ਮੰਦਰ ਬਣ ਗਏ ਆ ਉਹਨਾਂ ਦਿਵਾਲੇ ਨਵੀਆਂ ਉਸਾਰੀਆਂ ਹੋ ਗਈਆਂ ਲੰਗਰ ਹਾਲ ਛੱਤੇ ਗਏ ਹੈ ਹਰ ਰੋਜ਼ ਇਹ ਨੰਦਰਾ ਚਾਰਤੀ ਹੋਣ ਲੱਗੀ ਹੈ ਸ਼ਿਵਲਿੰਗ ਤੋਂ ਇਲਾਵਾ ਹੋਰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਵੀ ਇਹਨਾਂ ਚ ਸਥਾਪਿਤ ਹੋ ਗਈਆਂ ਇੱਕ ਵਾਰ ਪ੍ਰਿੰਸੀਪਲ ਭਾਰਦਵਾਜ ਦੇ ਦਫ਼ਤਰ ਚ ਇਸੇ ਬਾਰੇ ਉਹ ਗੱਲਾਂ ਕਰ ਰਹੇ ਸਨ ਦਰਿਆਈ ਘੋੜੇ ਜਿਹਾ ਭਾਰਦਵਾਜ ਨੂੰ ਆਪਣੇ ਬਾਰੇ ਬੁੱਧੀਜੀਵੀ ਹੋਣ ਦਾ ਭਰਮ ਹੈ ਉਹ ਅਕਸਰ ਗੱਲਾਂ ਚ ਆਪੇ ਆਪਣੇ ਆਪ ਨੂੰ ਬੁੱਧੀਜੀਵੀਆਂ ਚ ਸ਼ਾਮਲ ਕਰ ਲਏਗਾ ਜਿਵੇਂ ਕਹੇਗਾ ਡੀਸੀ ਸਾਹਿਬ ਨੂੰ ਮੇਲਾ ਕਮੇਟੀ ਚ ਬੁੱਧੀਜੀਵੀਆਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਸੀ ਬੁੱਧੀਜੀਵੀਆਂ ਤੋਂ ਭਾਵ ਹੁੰਦਾ ਹੈ ਪ੍ਰਿੰਸੀਪਲ ਭਾਰਦਵਾਜ ਭਾਈ ਬੁੱਧੀਜੀਵੀਆਂ ਤੋਂ ਪੁੱਛੇ ਬਗੈਰ ਸਰਕਾਰ ਸਿੱਖਿਆ ਬਾਰੇ ਨਵੀਂ ਨੀਤੀ ਕਿਵੇਂ ਬਣਾ ਸਕਦੀ ਹੈ ਉਹਦਾ ਮਤਲਬ ਹੁੰਦਾ ਹੈ ਕਿ ਸਰਕਾਰ ਨੂੰ ਨਵੀਂ ਬਣੀ ਕਮੇਟੀ ਚ ਪ੍ਰਿੰਸੀਪਲ ਭਾਰਦਵਾਜ ਨੂੰ ਸ਼ਾਮਲ ਕਰਨਾ ਚਾਹੀਦਾ ਸੀ ਉਹ ਇੱਕ ਦਿਨ ਧਾਰਮਿਕ ਸਥਾਨਾਂ ਦੀ ਦਿਨੋਂ ਦਿਨ ਵੱਧ ਰਹੀ ਗਿਣਤੀ ਬਾਰੇ ਆਪਣੇ ਬੁੱਧੀਜੀਵੀ ਵਿਚਾਰ ਦੇ ਰਿਹਾ ਸੀ ਦੇਖੋ ਭਾਈ ਜੇ ਸਮਾਜ ਚ ਡਰ ਵਧਣਾ ਤਾਂ ਮੰਦਰ ਗੁਰਦੁਆਰੇ ਵੀ ਵਧਣਗੇ ਦੇਖੋ ਅਤਵਾਦੀਆਂ ਦੀ ਗਿਣਤੀ ਕਿਵੇਂ ਦਿਨੋਂ-ਦਿਨ ਵੱਧ ਰਹੀ ਹੈ ਜੇ ਹੋਰ ਕੁਝ ਨਹੀਂ ਤਾਂ ਹੱਥਾਂ 'ਚ ਪੱਥਰ ਚੁੱਕ ਕੇ ਅਤਵਾਦੀ ਬਣ ਜਾਓ ਤੇ ਲੋਕਾਂ ਨੂੰ ਡਰਾਓ ਹੁਣ ਕੀ ਭਰੋਸਾ ਹੈ ਕਿ ਇੱਥੇ ਆਪਣੇ ਕਾਲਜ 'ਚ ਕੋਈ ਗਰਨੇਡ ਲੈ ਕੇ ਆ ਜੇ ਆਪਾਂ ਕੀ ਕਰ ਲਾਂਗੇ ਇਹੀ ਕਰ ਸਕਦੇ ਹਾਂ ਕਿ ਰੋਜ਼ ਮੰਦਰ ਜਾਈਏ ਤੇ ਭਗਵਾਨ ਤੋਂ ਆਪਣੀ ਸੁੱਖ ਮੰਗਦੇ ਰਹੀਏ ਇਸੇ ਲਈ ਮੈਂ ਕਹਿਣਾ ਸਾਨੂੰ ਮਜ਼ਬੂਤ ਲੀਡਰ ਚਾਹੀਦਾ ਆਪਾਂ ਤਾਂ ਪਹਿਲਾਂ ਵੀ ਦਿਨ ਦੇਖੇ ਹੋਏ ਆ ਯਾਦ ਨਹੀਂ ਤੁਹਾਨੂੰ ਉਹ ਕਈ ਚੌੜੇ ਸੀਨੇ ਤੇ ਮਜ਼ਬੂਤ ਇਰਾਦੇ ਵਾਲੇ ਆਪਣੇ ਮੁਲਕ ਨੂੰ ਬਰਬਾਦ ਹੋਣ ਤੋਂ ਬਚਾ ਸਕਦੇ ਆ ਉਹ ਖੁਸ਼ਵੰਤ ਉਹ ਆਪਣੀ ਗੱਲ ਦੀ ਪ੍ਰੌੜਤਾ ਪਾਲ ਰਿਹਾ ਸੀ ਖੁਸ਼ਵੰਤ ਚੁੱਪ ਰਿਹਾ ਹੁਣ ਉਹ ਪਹਿਲਾਂ ਵਾਂਗ ਹਰ ਗੱਲ ਉਤੇ ਤੁਰੰਤ ਪ੍ਰਤੀਕਿਰਿਆ ਨਹੀਂ ਦਿੰਦਾ ਪਰ ਇੱਕ ਗੱਲ ਸਹੀ ਹੈ ਅੱਜ ਕੱਲ ਸੱਚਮੁੱਚ ਲੋਕ ਡਰੇ ਹੋਏ ਆ ਲੋਕਾਂ 'ਚ ਇੱਕੋ ਜਿਹਾ ਡਰ ਹੁੰਦਾ ਹੈ ਤਾਂ ਸਮਾਜ ਵਿੱਚ ਇੱਕੋ ਜਿਹੀਆਂ ਘਟਨਾਵਾਂ ਵਾਪਰਨ ਲੱਗਦੀਆਂ ਕੁਝ ਸਮਾਂ ਪਹਿਲਾਂ ਲੋਕ ਕਾਲੇ ਕੱਚਿਆਂ ਵਾਲਿਆਂ ਤੋਂ ਡਰੀ ਜਾਂਦੇ ਸੀ ਉਹ ਰਾਤਾਂ ਨੂੰ ਲੁੱਟਣ ਆ ਜਾਂਦੇ ਐ ਫਿਰ ਗੁੱਤ ਕੱਟਣ ਵਾਲੀ ਚੁੜੇਲ ਨੇ ਜਨਾਨੀਆਂ ਦੇ ਵਾਲ ਕੱਟਨੇ ਸ਼ੁਰੂ ਕਰਤੇ ਜ਼ਰੂਰ ਚੜੇਲ ਬਣਨ ਤੋਂ ਪਹਿਲਾਂ ਕਿਸੇ ਪਾਰਲਰ 'ਚ ਕੰਮ ਕਰਦੀ ਹੋ। ਮੌਲਕ ਦੇ ਬਾਕੀ ਹਿੱਸਿਆਂ 'ਚ ਡਰ ਪੈ ਗਿਆ ਕਿ ਮੁਸਲਮਾਨਾਂ ਨੇ ਖਾ ਖਾ ਕੇ ਗਊ ਮਾਤਾ ਦੀ ਨਸਲ ਹੀ ਖਤਮ ਕਰ ਦੇਣੀ ਹੈ। ਇਸ ਲਈ ਉਹਨਾਂ ਗਊਆਂ ਦੇ ਵਪਾਰੀਆਂ ਨੂੰ ਘੇਰ ਘੇਰ ਕੇ ਮਾਰਨਾ ਸ਼ੁਰੂ ਕਰਤਾ। ਇੱਥੋਂ ਤੱਕ ਕਿ ਉਹ ਮੁਸਲਮਾਨਾਂ ਤੇ ਈਸਾਈਆਂ ਦੇ ਘਰਾਂ 'ਚ ਪਈਆਂ ਫ੍ਰਿਜਾਂ ਦੀ ਤਲਾਸ਼ੀ ਲੈ ਕੇ ਵੀ ਮਸਲਾ ਪੈ ਲੈਂਦੇ। ਹੁਣ ਤਾਂ ਸਰਕਾਰਾਂ ਦੇ ਮੌਸਮ ਵਿਭਾਗ ਨੇ ਵੀ ਲੋਕਾਂ ਨੂੰ ਡਰਾਉਣਾ ਸ਼ੁਰੂ ਕਰਤਾ ਹੈ। ਖਬਰ ਆਏਗੀ। ਮੌਸਮ ਵਿਭਾਗ ਵੱਲੋਂ ਭਾਰੀ بارش ਦਾ ਅਲਰਟ ਅਗਲੇ 48 ਘੰਟਿਆਂ 'ਚ ਭਾਰੀ بارش ਤੇ ਤੂਫਾਨ ਆਏਗਾ ਪ੍ਰਸ਼ਾਸਨ ਸਕੂਲ ਕਾਲਜ ਬੰਦ ਕਰ ਦੇਗਾ ਕਿਸਾਨ ਕਦੇ ਡਰੇ ਹੋਏ ਤੇ ਕਦੇ ਕਿਸੇ ਆਸ-ਚ ਆਸਮਾਨ ਵੱਲ ਦੇਖਣਗੇ ਪਰ 48 ਘੰਟਿਆਂ 'ਚ ਧੁੱਪ ਉਹਦਾ ਹੀ ਖੜੀ ਰਹੇਗੀ ਨਾ ਕੋਈ ਕਣੀ ਡਿਗੇਗੀ ਨਾ ਤੂਫਾਨ ਆਏਗਾ 48 ਘੰਟੇ ਲੋਕ ਖੌਫ ਚ ਘਰੇ ਰਹਿਣਗੇ ਸਮਾਜ ਬਿਲਕੁਲ ਨਵਾਂ-ਨਵਾਂ ਲਾਂਚ ਹੋਇਆ ਡਰ ਬੱਚੇ ਚੁੱਕਣ ਵਾਲਿਆਂ ਦਾ ਅਚਾਨਕ ਇਸ ਧਰਤੀ ਤੇ ਵੀ ਬੱਚੇ ਚੁੱਕਣ ਵਾਲੇ ਗਰੋਹ ਪੈਦਾ ਹੋ ਗਏ ਸਾਰਾ ਦਿਨ ਬੱਚੇ ਚੋਕਣ ਦੀਆਂ ਆਵਾਜ਼ ਇੱਧਰ ਉੱਧਰ ਘੁੰਦੀਆਂ ਰਹਿੰਦੀਆਂ ਲੋਕੀ ਆਪਣੇ ਬੱਚਿਆਂ ਨੂੰ ਸਕੂਲੋਂ ਮਹਫੂਜ਼ ਕਰ ਲਿਆਉਣ ਲਈ ਦੌੜ ਪੈਂਦੇ ਆ ਇਹ ਸਭ ਖਬਰਾਂ ਉਹਨਾਂ ਨੂੰ ਆਪਣੇ ਹੱਥ ਯੰਤਰਾਂ ਤੋਂ ਮਿਲਦੀਆਂ ਸਵੇਰੇ ਅਖਬਾਰਾਂ 'ਚ ਅਜਿਹੀ ਕੋਈ ਖਬਰ ਨਹੀਂ ਹੁੰਦੀ ਖੁਸ਼ਵੰਤ ਨੂੰ ਡਰ ਹੈ ਕਿ ਕਿਸੇ ਦਿਨ ਲੋਕਾਂ ਨੇ ਆਪਣੇ ਡਰ ਵਿੱਚੋਂ ਹੀ ਕਿਸੇ ਗਰੀਬ ਨੂੰ ਬੱਚਾ ਚੋਰ ਸਮਝ ਕੁੱਟ-ਕੁੱਟ ਮਾਰ ਦੇਣਾ ਇਸ ਤਰ੍ਹਾਂ ਦੀ ਤੇ ਛੇਤੀ ਖਜੂਮੀ ਹਿੰਸਾ ਨਹੀਂ ਹੁੰਦੀ ਲੋਕਾਂ ਨੇ ਆਜ਼ਾਦੀ ਲਈ ਇਹ ਅਨੁਭਵ ਹਾਸਲ ਕਰ ਲਿਆ ਸੀ ਤੇ ਜਦੋਂ ਉਹਨਾਂ ਪੂਰੀ ਆਜ਼ਾਦੀ ਨਾਲ ਆਪਣੇ ਹਮਸਾਇਆ ਦਾ ਕਤਲੇਆਮ ਕੀਤਾ ਸੀ ਇਸ ਪਿੱਛੋਂ ਅੱਜ ਤੱਕ ਉਹ ਤੌਬਾ ਕਰ ਰਹੇ ਹਨ ਖੁਸ਼ਵੰਤ ਨੂੰ ਵੀ ਕੁਝ ਸਮੇਂ ਤੋਂ ਡਰ ਦੇ ਦੌਰੇ ਪੈਣ ਲੱਗੇ ਹਨ ਕੋਈ ਅਜੀਬ ਜਿਹਾ ਡਰ ਉਹਨੂੰ ਚਿੰਬੜਿਆ ਰਹਿੰਦਾ ਹੈ ਕੋਈ ਜਣ ਹੋਣੀ ਵਾਪਰਨ ਦਾ ਉਹਦੀ ਆਪਣੀ ਜਾਂ ਕਵਿਤਾ ਦੀ ਜਾਂ ਸਰਗੀ ਦੀ ਮੌਤ ਦਾ ਡਰ ਉਹਨੂੰ ਚੜੇਤਾਪ ਨੇ ਉਹਦੇ ਡਰ ਤੇ ਖੌਫ ਨਾਲ ਆਪਣੇ ਪੰਜੇ ਫਸਾਈ ਉਹਦੇ ਵਿजूद ਉੱਤੇ ਅਧਿਕਾਰ ਕੀਤਾ ਸੀ ਡਰ ਤੇ ਖੌਫ ਬੰਦੇ ਨੂੰ ਨਿਤਾਣਾ ਨਿਤਾਣਾ ਬਣਾ ਦਿੰਦਾ ਹੈ ਨਿਮਾਣਾ ਤੇ ਨਿਤਾਣਾ ਬਣਾ ਦਿੰਦਾ ਅੰਦਾ ਬੰਦਾ RAME ਦੀ ਕਹੀ ਗੱਲ ਉਹਦੇ ਅੱਗੇ ਪਿੱਛੇ ਗੂੰਜਦੀ ਰਹਿੰਦੀ ਹੈ ਕੋਈ ਨਹੀਂ ਪੁੱਤ ਜਿੱਦਨ ਸਿਰ ਤੇ ਪਈ ਉਦੋਂ ਪਤਾ ਲੱਗੂ ਦੇਖੀ ਕਿਦਾਂ ਸਰ ਘਮਾਉਣਾ ਤੂੰ ਵੀ ਤੇ ਉਹਨੂੰ ਲੱਗੇਗਾ ਕਿ ਅੱਜ ਕਵਿਤਾ ਸਕੂਲੋਂ ਘਰ ਨਹੀਂ ਆਏਗੀ ਜਿਸ ਬਸ ਸਰਗੀ ਯੂਨੀਵਰਸਿਟੀ ਤੋਂ ਘਰ ਆ ਰਹੀ ਹੈ ਉਹਦਾ ਰਾਹ ਵਿੱਚ ਐਕਸੀਡੈਂਟ ਹੋ ਜਾਏਗਾ ਪਿਛਲੇ ਦਿਨੀ ਤਾਂ ਉਹਨੇ ਇਹ ਵੀ ਸੋਚਿਆ ਸੀ ਕਿ ਸਰਗੀ ਨੂੰ ਸਰਨੇ ਤੇ ਬੈਠੀ ਨੂੰ ਕੋ ਜਾਣ ਪਛਾਤੇ ਗੁੰਡੇ ਚੁੱਕ ਕੇ ਲੈ ਗਏ ਤੇ ਉਸ ਨਾਲ ਬਹੁਤ ਬੁਰਾ ਵਾਪਰ ਰਿਹਾ ਵੈਸੀ ਵੇਸ ਧਰਤੀ ਤੇ ਔਰਤ ਹੋਣ ਦਾ ਮਤਲਬ ਹਰ ਤਰ੍ਹਾਂ ਦਾ ਜੋਖਮ ਤਿੰਨ ਗੁਣਾ ਵੱਧ ਹੁਣ ਵੀ ਬੁਲੇਟ ਮੋਟਰਸਾਈਕਲ ਦੇ ਹਾਨ ਦੀ ਆਵਾਜ਼ ਤੇਜ਼ ਆਵਾਜ਼ ਨਾਲ ਉੱਤਰ ਬਗ ਗਿਆ ਸੀ ਕਿੰਨੀ ਦੇਰ ਤੋਂ ਚੌਕ 'ਚ ਟ੍ਰੈਫਿਕ ਫਸਿਆ ਹੋਇਆ ਸੀ ਇਸ ਚੌਕ 'ਚ ਬੱਤੀਆਂ ਨਹੀਂ ਲੱਗੀਆਂ ਹੋਈਆਂ ਇੱਕ ਵਾਰ ਕਮੇਟੀ ਨੇ ਬੱਤੀਆਂ ਲਾ ਕੇ ਦੇਖੀਆਂ ਸੀ ਬੱਤੀਆਂ ਕਰਕੇ ਟ੍ਰੈਫਿਕ ਚੱਲਣ ਘੱਟ ਤੇ ਰੁਕਣ ਬਹੁਤਾ ਲੱਗ ਪਿਆ ਇਸ ਲਈ ਇੱਕ ਵਾਰ ਬੱਤੀਆਂ ਖਰਾਬ ਹੋਣ ਤੇ ਕਮੇਟੀ ਨੇ ਉਹਨਾਂ ਨੂੰ ਦੁਬਾਰਾ ਠੀਕ ਕਰਾਉਣ ਦੀ ਖੇਚਲ ਨਹੀਂ ਕੀਤੀ। ਸਭ ਨੂੰ ਆਪ ਹੀ ਰਾਹ ਬਣਾ ਕੇ ਆਪੋ ਆਪਣੀ ਸੜਕ ਵੱਲ ਮੁੜਨਾ ਪੈਂਦਾ ਹੈ। ਟ੍ਰੈਫਿਕ ਚਾਲਕਾਂ ਦੀ ਆਪਣੀ ਸਮਝਦਾਰੀ ਨਾਲ ਹੀ ਚੱਲਦਾ ਰਹਿੰਦਾ ਹੈ ਪਰ ਕਈ ਵਾਰ ਕਈ ਕਾਲੇ ਵਗਣ ਵਾਲਿਆਂ ਕਾਰਨ ਟ੍ਰੈਫਿਕ ਖੜਾ ਹੋ ਜਾਂਦਾ ਹੈ। ਜਿਵੇਂ ਹੁਣ ਹੋਇਆ। ਜੱਟਪੁਰੇ ਵੱਲ ਜਾਣ ਵਾਲੀ ਸੜਕ ਨੂੰ ਚਾਰ ਅੱਗੜ ਪਿਛੜ ਕਾਰਾਂ ਨੇ ਰੋਕਿਆ ਹੋਇਆ ਹੈ। ਬਾਜ਼ਾਰ ਵੱਲੋਂ ਵੀ ਦੋ ਕਾਰਾਂ ਉੱਧਰ ਹੀ ਮੁੜਨ ਵਾਲੀਆਂ ਸੀ ਪਰ ਰਾਹ ਨਾ ਮਿਲਣ ਕਾਰਨ ਖੜੀਆਂ ਹੋ ਗਈਆਂ। ਟ੍ਰੈਫਿਕ ਰੁਗ ਗਿਆ। ਚਾਲਕਾਂ ਨੇ ਗੁੱਸੇ ਝੌਰ ਨਾਲ ਜਾਣਾ ਸ਼ੁਰੂ ਕਰ ਦਿੱਤੇ ਬੁਲੇਟ ਤੇ ਚੜੇ ਸਿੱਧੇ ਨੀਜਿਆਂ ਵਾਂਗ ਖੜੇ ਕੀਤੇ ਵਾਲਾਂ ਵਾਲੇ ਮੁੰਡਿਆਂ ਨੂੰ ਲੱਗਿਆ ਖੁਸ਼ਵੰਤ ਦੇ ਕੋਲੋਂ ਦੀ ਬਾਈਕ ਲੰਘਾਇਆ ਜਾ ਸਕਦਾ ਹੈ ਇਸ ਲਈ ਉਹ ਹਾਰਨ ਮਾਰ ਕੇ ਖੁਸ਼ਵੰਤ ਨੂੰ ਪਰੇ ਹੋਣ ਲਈ ਕਹਿ ਰਹੇ ਸੀ ਇਹ ਸ਼ਹਿਰ ਵੀ ਹੁਣ ਤੁਰਨ ਵਾਲਿਆਂ ਲਈ ਨਹੀਂ ਰਿਹਾ ਖੁਸ਼ਵੰਤ ਨੇ ਸੋਚਿਆ ਉਹਨੂੰ ਲੱਗਿਆ ਇਹ ਬਾਈਕ ਵੀ ਕਮਾਨ ਚ ਛੱਡੇ ਤੀਰ ਵਾਂਗ ਉਹਦੀਆਂ ਲੱਤਾਂ 'ਚ ਵੱਜ ਸਕਦਾ ਹੈ ਤੁਰਨ ਵਾਲੇ ਹੁਣ ਤੀਰਾਂ ਤੇ ਤੋਪਾਂ ਦਾ ਨਿਸ਼ਾਨਾ ਬਣਨ ਜੋਗੇ ਰਹਿ ਗਏ ਆ ਬਾਈਕਾਂ ਕਾਰਾਂ ਤੇ ਉੱਚੀ ਜਗ੍ਹਾ ਬੈਠੇ ਬੰਦਿਆਂ ਨੂੰ ਤੁਰਨ ਵਾਲੇ ਕੀੜੇ ਮਕੌੜੇ ਜੱਪਦੇ ਆ। ਇੱਕ ਪਲ ਲਈ ਫੇਰ ਉਹਦੀਆਂ ਅੱਖਾਂ ਅਗੇ ਸੁਖਵੰਤ ਦਾ ਚਿਹਰਾ ਆ ਗਿਆ। ਸਿਰਫ ਚਿਹਰਾ ਨਹੀਂ ਪਲਸਤਰ ਹੋਈ ਲੱਤ ਵੀ। ਉਹਦੇ ਸਿੱਧੇ ਨੇਜ਼ੀਆਂ ਵਾਂਗ ਖੜੇ ਕੀਤੇ ਵਾਲਾਂ ਵਾਲੇ ਮੁੰਡਿਆਂ ਵੱਲ ਵੇਖਿਆ। ਉਹਨੂੰ ਲੱਗਿਆ ਉਹ ਸੁਖਵੰਤ ਵਾਂਗ ਉਹਨਾਂ ਨੂੰ ਮਾਫ਼ ਨਹੀਂ ਕਰ ਸਕੇਗਾ। ਟੱਡੇ ਕੋਚ ਪਏ ਬਾਜ਼ਾਰ ਸੋਚਦਿਆਂ ਉਹਨੇ ਉੱਥੇ ਹੀ ਮੁੜ ਜਾਣ ਦਾ ਫੈਸਲਾ ਕੀਤਾ। ਉਧੀਆਂ ਲੱਤਾਂ ਕੰਬਣ ਲੱਗੀਆਂ ਸਨ ਕੀ ਪਤਾ ਫੇਰ ਤਾਪ ਚੜਨ ਵਾਲਾ ਹੋਵੇ ਐਵੇਂ ਕਵਿਤਾ ਨੇ ਉਹਨੂੰ ਬਾਜ਼ਾਰ ਵੱਲ ਤੋਰ ਦਿੱਤਾ ਸੀ ਰੌਣਕ ਦੇਖਣ ਲਈ ਖੁਸ਼ਵੰਤ ਲਈ ਰੌਣਕ ਨਹੀਂ ਭੀੜ ਭੜਕਾਂ ਸੀ ਉਹਨੂੰ ਅਚਾਨਕ ਘਬਰਾਹਟ ਮਹਿਸੂਸ ਹੋਣ ਲੱਗੀ ਕੀ ਕਰਿਓ ਕਵਿਤਾ ਨੂੰ ਫੋਨ ਕਰਕੇ ਸਕੂਟਰ ਤੇ ਲੈ ਜਾਣ ਲਈ ਕਹੇ ਪਰ ਹੱਥੀਯੰਤਰ ਤੋਂ ਲੈ ਕੇ ਨਹੀਂ ਸੀ ਆਇਆ ਉਹ ਅਕਸਰ ਉਸ ਹੱਥੀਯੰਤਰ ਨੂੰ ਲਿਆਉਣਾ ਭੁੱਲ ਜਾਂਦਾ ਹੈ ਜਿਸ ਉੱਤੇ ਹੁਣ ਸੱਬਿਆਤਾ ਖੜੀ ਹੈ ਯਾਦ ਆਉਣ ਉੱਤੇ ਉਹ ਦੇਖਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਆਪਣਾ ਆਪ અધੂਰਾ ਜਿਹਾ ਤਾਂ ਨਹੀਂ ਲੱਗਦਾ ਇਦਾਂ ਜਿਵੇਂ ਉਹਦੀ ਜ਼ਿੰਦਗੀ 'ਚ ਕੋਈ ਚੀਜ਼ ਮੰਨਫੀ ਹੋਵੇ ਜਿਵੇਂ ਉਹਨੂੰ ਲਾਲੀ ਤੋਂ ਦੂਰ ਰਹਿਣ ਉੱਤੇ ਮਹਿਸੂਸ ਹੁੰਦਾ ਸੀ ਫਿਰ ਬਾਅਦ 'ਚ ਕਵਿਤਾ ਤੋਂ ਵੀ ਜਿਵੇਂ ਅੱਜ ਉਸ ਯੰਤਰ ਉੱਤੇ ਆਪ ਰੱਬ ਨੇ ਉਸ ਨਾਲ ਗੱਲ ਕਰਨੀ ਹੋਵੇ ਪਰ ਉਹ ਯੰਤਰ ਘਰ ਭੁੱਲ ਆਇਆ ਹੋਵੇ ਉਹਦਾ ਨਾਮ ਪੂਰਿਆ ਜਾਣ ਵਾਲਾ ਨੁਕਸਾਨ ਹੋ ਜਾਣ ਦਾ ਡਰ ਸ਼ੁਰੂ-ਸ਼ੁਰੂ 'ਚ ਉਹਨੂੰ ਵੀ ਇਦਾਂ ਹੀ ਲੱਗਦਾ ਸੀ ਜਿਵੇਂ ਹੁਣ ਪੂਰੀ ਖਲਕਤ ਨੂੰ ਲੱਗਦਾ ਹੈ ਇਹਨੂੰ ਨੋਮੋਫੋਬੀਆ ਕਹਿੰਦੇ ਆ ਨਵੇਂ ਯੁੱਗ ਦਾ ਨਵਾਂ ਫੋਬੀਆ। ਯਗਦੀਸ਼ ਨੇ ਅੰਗਰੇਜ਼ੀ ਦੇ ਅਖਬਾਰ ਚੋਂ ਪੜੀ ਇਹ ਨਵੀਂ ਜਾਣਕਾਰੀ ਉਹਨੂੰ ਦਿੱਤੀ ਸੀ। ਹੁਣ ਉਹ ਜਾਣ ਬੁੱਝ ਕੇ ਕਦੇ-ਕਦੇ ਹੱਥ ਯੰਤਰ ਘਰ ਭੁੱਲਦਾ ਹੈ। ਉਹ ਇਹਦੀ ਗੁਲਾਮੀ ਤੋਂ ਮੁਕਤੀ ਚਾਹੁੰਦਾ ਹੈ। ਉਹਦੀ ਕਾਲਜ ਉਹਦੇ ਕਾਲਜ ਲਈਏ ਨੌਕਰਾਂ ਤੱਕ ਹੁਕਮ ਪੁੱਜਦੇ ਕਰਨ ਦਾ ਜ਼ਰੀਆ ਹੈ। ਭਰਦwaj ਨੇ ਦਫ਼ਤਰ ਦੇ ਸਬਡੰਟ ਨੂੰ ਕਹਿ ਕੇ ਕਾਲਜ ਦੇ ਸਾਰੇ ਕਰਮਚਾਰੀਆਂ ਦਾ ਇੱਕ ਗਰੁੱਪ ਬਣਾ ਲਿਆ। ਉਹ ਤੇ ਸਬਡੰਟ ਇਹਦੇ ਐਡਮਨ ਹਨ। ਹੁਣ ਹਰ ਹੁਕਮ ਇਸ ਗਰੁੱਪ ਵੱਲ ਰਾਈ ਸਾਂਝਾ ਹੁੰਦਾ ਹੈ। ਇਹ ਹੁਕਮ ਕਦੇ ਵੀ ਕਿਸੇ ਨੌਕਰ ਨੂੰ ਦਿੱਤਾ ਜਾ ਸਕਦਾ ਹੈ ਘਰ ਪਹੁੰਚ ਕੇ ਵੀ ਨੌਕਰ ਕਾਲਜ ਦਾ ਹੀ ਨੌਕਰ ਰਹਿੰਦਾ ਹੈ ਹਰ ਵੇਲੇ ਕਾਲਜ ਦੀ ਪਕੜ ਵਿੱਚ ਤੁਹਾਡੇ ਕੋਲ ਆਜ਼ਾਦੀ ਦਾ ਇੱਕ ਪਲ ਵੀ ਨਹੀਂ ਜਦੋਂ ਤੁਸੀਂ ਸਿਰਫ ਆਪਣੇ ਆਪ ਕੋਲ ਹੋ ਸਕੋ ਸਾਰੀਆਂ ਗੁਲਾਮੀਆਂ ਦੀ ਪਹੁੰਚ ਤੋਂ ਦੂਰ ਯਾਰ ਕਿਸੇ ਦਿਨ ਇਸ ਕਾਲਜ ਵਾਲੇ ਗਰੁੱਪ ਦਾ ਨਾਮ ਬਦਲ ਕੇ ਦਰਿਆਈ ਘੋੜੇ ਦੇ ਗੁਲਾਮ ਰੱਖ ਦੇਈ ਹੁਣ ਵਾਲਾ ਤਾਂ ਨਾਮ ਬੜਾ ਬੋਰਿੰਗ ਹੈ ਉਹਨੇ ਜਗਦੀਸ਼ ਨੂੰ ਕਿਹਾ ਤਾਂ ਉਹ ਅੱਗੇ ਹੱਸ ਪਿਆ ਇਸ ਨਵੀਂ ਗੁਲਾਮੀ ਦੇ ਯੁੱਗ 'ਚ ਉਹ ਹੱਸਣ ਤੋਂ ਬਿਨਾਂ ਹੋਰ ਕੁਝ ਨਹੀਂ ਕਰ ਸਕਦੇ। ਇਸੇ ਲਈ ਉਹਨੂੰ ਪ੍ਰੋਫੈਸਰ ਪੁੱਲਰ ਪਸੰਦ ਹਨ। ਉਹਨਾਂ ਕਦੇ ਆਪਣੇ ਕੋਲ ਹਾਥੀ ਯੰਤਰ ਨਹੀਂ ਰੱਖਿਆ। ਕਦੇ ਖਰੀਦਿਆ ਹੀ ਨਹੀਂ। ਉਹਨਾਂ ਦੀ ਬੀਵੀ, ਪੁੱਤਰ ਨੂੰ ਤੇ ਹੋਰ ਦੋਸਤ ਮਿੱਤਰ ਕਹਿ-ਕਹਿ ਕੇ ਥੱਕ ਗਏ। ਪਰ ਉਹਨਾਂ ਨੇ ਹੀ ਖਰੀਦਿਆ। ਜਵਾਨੀ ਵੇਲੇ ਉਹਨਾਂ ਸਕੂਟਰ ਜਾਂ ਮੋਟਰਸਾਈਕਲ ਵੀ ਨਹੀਂ ਸੀ ਖਰੀਦਿਆ। ਨਾ ਖਰੀਦਿਆ ਨਾ ਚਲਾਉਣ ਦੀ ਜਾਤ ਸਿੱਖੀ। ਹਮੇਸ਼ਾ ਕੋਈ ਮਿੱਤਰ ਜਾਂ ਵਿਦਿਆਰਥੀ ਉਹਨਾਂ ਨੂੰ ਲੈ ਕੇ ਜਾਂਦਾ। ਮਜਬੂਰੀ ਨੂੰ ਨਹੀਂ ਖੁਸ਼ੀ ਨਾਲ। ਇਹਨੂੰ ਮਾਨ ਦੀ ਗੱਲ ਸਮਝ ਕੇ ਸਾਰੇ ਉਮਰ ਪੈਦਲ ਤੁਰੇ ਕਿਸੇ ਪਦਿਆਤਰੀ ਦੀ ਤਰ੍ਹਾਂ ਇਹਨੂੰ ਹੀ ਤਾਂ ਬੰਦਾ ਹੋਣਾ ਚਾਹੀਦਾ ਆਪਣੀ ਮਰਜ਼ੀ ਦਾ ਮਾਲਕ ਨਾ ਕਿ ਮਾਇਆ ਦਾ ਖੁਸ਼ਵੰਤ ਪ੍ਰੋਫੈਸਰ ਭੁੱਲੜ ਦਾ ਵਿਦਿਆਰਥੀ ਸੀ ਵਿਦਿਆਰਥੀ ਸੀ ਤੇ ਬਹੁਤ ਕੁਝ ਨੇ ਉਹਨਾਂ ਤੋਂ ਹੀ ਸਿੱਖਿਆ ਇਹ ਵਕਰੀ ਗੱਲ ਹੈ ਕਿ ਸਿੱਖੀ ਹੋਈ ਬਹੁਤ ਕੁਝ ਵਿੱਚੋਂ ਕਈ ਕੁਝ ਭੁੱਲ ਵੀ ਗਿਆ ਸੀ ਬੰਦੇ ਨੂੰ ਮਾਇਆ ਦਾ ਗੁਲਾਮ ਬਣ ਕੇ ਨਹੀਂ ਰਹਿਣਾ ਚਾਹੀਦਾ ਤੇ ਮਾਇਆ ਸਿਰਫ ਤੁਹਾਡੇ ਬੁਟੂਏ ਚ ਹੀ ਨਹੀਂ ਹੁੰਦੀ ਬਟ ਉਹੇ ਤੋਂ ਬਾਹਰ ਵਾਲੀ ਮਾਇਆ ਨੂੰ ਪਛਾਣਨਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਹਰ ਰੋਜ਼ ਜੋ ਬਿਨਾਂ ਬੰਦੇ ਦੀ ਲੋੜ ਤੋਂ ਬੰਦੇ ਲਈ ਪਰੋਸਿਆ ਜਾਂਦਾ ਹੈ ਇਹ ਸਭ ਮਾਇਆ ਦੀ ਖੇਡ ਹੈ ਬੰਦੇ ਦੀਆਂ ਇੱਛਾਵਾਂ ਵੀ ਮਾਇਆ ਹੀ ਘੜਦੀ ਹੈ ਤੁਸੀਂ ਦੇਖ ਲਓ ਬੰਦੇ ਦੀ ਜੇਬ ਖਾਲੀ ਹੋਵੇ ਛਾਵਾ ਮਨ ਚ ਪੈਦਾ ਹੀ ਨਹੀਂ ਹੁੰਦੀਆਂ ਅਸਲੀ ਗੁਰਮੁਖ ਬੰਦਾ ਖਾਲੀ ਜੇਬ ਵਾਲਾ ਹੀ ਹੁੰਦਾ ਹੈ ਪ੍ਰੋਫੈਸਰ ਭੁੱਲਰ ਰਿਸ਼ੀਆਂ ਵਾਂਗ ਦਾੜ੍ਹੀ ਖਿਲਾਰੀ ਬੈਠੇ ਮੁੰਡਿਆਂ ਨੂੰ ਗੱਲਾਂ ਸੁਣਾਉਂਦੇ ਮੁੰਡੇ ਮੰਤਰ ਮੁਕਤ ਸੁਣਦੇ ਰਹਿੰਦੇ ਖੁਸ਼ਵੰਤ ਸਿੱਧੇ ਨੇਜ਼ੀਆਂ ਵਾਂਗ ਖੜੇ ਕੀਤੇ ਵਾਲਾਂ ਵਾਲੇ ਮੁੰਡਿਆਂ ਦੇ ਬੁਲਟ ਲਈ ਥਾਂ ਛੱਡਦਾ ਪਿੱਛੇ ਮੁੜ ਪਿਆ ਜੱਟਪੁਰੇ ਦੀ ਮੁਕਾਬਲ ਤਨ ਘਟ ਭੀੜ ਭੜੱਕੇ ਵਾਲੀ ਸੜਕ ਉੱਤੇ ਆਉਂਦਿਆਂ ਉਹਦੀ ਘਬਰਾਟ ਵੀ ਘਟ ਗਈ ਉਹ ਸਾਵਧਾਨੀ ਨਾਲ ਹੌਲੀ ਹੌਲੀ ਕਦਮ ਪੁੱਟਦਾ ਰਿਹਾ ਉਹਨੂੰ ਥੋੜੀ ਤਸੱਲੀ ਮਹਿਸੂਸ ਹੋਈ ਆਪਣੇ ਘਰ ਪਹੁੰਚ ਜਾਏਗਾ ਬਹੁਤੀ ਫਿਕਰ ਵਾਲੀ ਕੋਈ ਗੱਲ ਨਹੀਂ ਸੀ ਵੈਸੇ ਵੀ ਉਹਦਾ ਘਰ ਜਾਂ ਜਿਹਨੂੰ ਹੁਣ ਲੋਕ ਉਠੀ ਕਹਿਣ ਲੱਗੇ ਹਨ 10 ਕੁ ਮਿੰਟ ਦਾ ਹੀ ਪਾਦਲ ਰਸਤਾ ਸੀ ਉਹਨਾਂ ਦੇ ਘਰ ਜਾਂ ਕੋਠੀ ਖੁਸ਼ਵੰਤ ਨੂੰ ਘਰ ਕਹਿਣਾ ਹੀ ਚੰਗਾ ਲੱਗਦਾ ਸੀ ਜਿਸ ਕਲੋਨੀ 'ਚ ਸੀ ਉਹ ਵੀ ਹੋਰ ਕਈ ਕਲੋਨੀਆਂ ਵਾਂਗ ਉਹਦੇ ਦੇਖਦਿਆਂ ਦੇਖਦਿਆਂ ਹੀ ਵਸੀ ਸੀ ਜਿਨ੍ਹਾਂ ਦਿਨਾਂ 'ਚ ਪਿੰਡ ਏਕੇ 47 ਵਾਲਿਆਂ ਲਈ ਆਸਾਨ ਨਿਸ਼ਾਨਾ ਬਣਦੇ ਸਨ ਲੋਕਾਂ ਨੇ ਸ਼ਹਿਰ 'ਚ ਵਸਣਾ ਸ਼ੁਰੂ ਕਰ ਦਿੱਤਾ ਸੀ ਸ਼ਹਿਰਾਂ 'ਚ ਨਵੀਆਂ-ਨਵੀਆਂ ਕਲੋਨੀਆਂ ਬਣਨੀਆਂ ਸ਼ੁਰੂ ਹੋ ਗਈਆਂ ਜਿਹੜਾ ਵੀ ਕੋਈ ਆਪ ਖੇਤੀ ਨਹੀਂ ਸੀ ਕਰਦਾ ਜਾਂ ਜਿਹਦੇ ਟਰੱਕ ਸੀ ਜਾਂ ਜਿਹਦਾ ਮੁੰਡਾ ਬਾਹਰ ਗਿਆ ਸੀ ਜਾਂ ਜਿਹਨੂੰ ਕੋਈ ਸਰਕਾਰੀ ਨੌਕਰੀ ਮਿਲ ਗਈ ਸੀ ਸ਼ਹਿਰ 'ਚ ਕਿਰਾਏ ਤੇ ਰਹਿਣ ਲੱਗਾ ਸੀ ਇੱਥੇ ਰਹਿ ਕੇ ਹੌਲੀ-ਹੌਲੀ ਆਪਣਾ ਮਕਾਨ ਬਣਾਇਆ ਜਾ ਸਕਦਾ ਸੀ ਪਾਪੇ ਕੋਲ ਇਹਨਾਂ ਪੈਸਾ ਨਹੀਂ ਸੀ ਕਿ ਉਹ ਸ਼ਹਿਰ 'ਚ ਕੋਠੀ ਪਾ ਲੈ ਜਾਂ ਕੋਈ ਮਾੜਾ-ਮੋਟਾ ਮਕਾਨ ਲੈ ਲੇ ਉਹਦੀ ਦਰਜੀ ਦੀ ਦੁਕਾਨ ਤਾਂ ਪਿੰਡ 'ਚ ਹੀ ਚੱਲਦੀ ਸੀ ਸ਼ਹਿਰ 'ਚ ਦੁਕਾਨ ਪਾਉਣ ਦੀ ਨਾ ਉਹਦੀ ਇੱਛਾ ਸੀ ਤੇ ਨਾ ਹੀ ਪਹੁੰਚ ਪਰ ਲਾਲੀ ਵਾਲੀ ਘਟਨਾ ਤੇ ਪੰਜ ਬੰਦਿਆਂ ਵੱਲੋਂ ਇਕੱਲੇ ਹਰਪਾਲ ਨੂੰ ਘੇਰ ਕੇ ਕੀਤੇ ਕਤਲ ਪਿੱਛੋਂ ਡਰੇ ਭਾਪੇ ਨੇ ਉਹਨੂੰ ਪਿੰਡ ਨਹੀਂ ਸੀ ਵੜਨ ਦਿੱਤਾ ਉਹ ਪਹਿਲਾਂ ਕਾਲਜ ਤੇ ਫਿਰ ਯੂਨੀਵਰਸਿਟੀਆਂ ਦੇ ਹੌਸਟਲ 'ਚ ਹੀ ਰਿਹਾ ਸੀ ਪ੍ਰੋਫੈਸਰ ਭੁੱਲਰ ਦੀ ਸਿਫਾਰਿਸ਼ ਨਾਲ ਉਹਨੂੰ ਆਪਣੇ ਸ਼ਹਿਰ ਦੇ ਕਾਲਜ ਵਿੱਚ ਹੀ ਨੌਕਰੀ ਵੀ ਮਿਲ ਗਈ ਸੀ ਪਰ ਫਿਰ ਪ੍ਰੋਫੈਸਰ ਦੀ ਪੋਸਟ ਉੱਤੇ ਪੱਕੇ ਹੋਣ ਤੇ ਕਵਿਤਾ ਨਾਲ ਵਿਆਹ ਤੋਂ ਵੀ ਕਾਫੀ ਬਾਅਦ ਉਸ ਕਲਨੀ 'ਚ ਥੋੜੇ ਜੇ ਖਾਲੀ ਪਲਾਟਾਂ 'ਚ ਇੱਕ 플ੌਟ ਲੈ ਕੇ ਘਰ ਬਣਾ ਸਕਿਆ ਉਹੀ ਬੈਂਕ ਦੇ ਲੋਨ ਦੀ ਮਿਹਰਬਾਨੀ ਨਾਲ ਪਹਿਲਾਂ ਉਹ ਕਾਫੀ ਦੇਰ ਕਿਰਾਏ ਦੇ ਮਕਾਨਾਂ 'ਚ ਰੁਲਦਾ ਰਿਹਾ ਸੀ ਨਗਰ ਸੁਧਾਰ ਟਰਸਟ ਦੀ ਯੋਜਨਾਬੱਧ ਕਲੋਨੀ ਦੇ ਨਾਲ ਲੱਗਦੀਆਂ ਕਈ ਸਸਤੀਆਂ ਕਲੋਨੀਆਂ ਵਿੱਚ ਇੱਕ ਇਹ ਸੀ ਕਰੋਲ ਬਾਗ ਸੁਣਨ ਵਾਲਿਆਂ ਦੇ ਜ਼ਹਿਨ 'ਚ ਇੱਕ ਤਾਂ ਮੁਲਕ ਦੀ ਰਾਜਧਾਨੀ ਆਉਂਦੀ ਹੈ ਪਰ ਨਹੀਂ ਕਿਸੇ ਛੋਟੇ ਜਿਹੇ ਸ਼ਹਿਰ ਵਿੱਚ ਵੀ ਕਰੋਲ ਬਾਗ ਹੋ ਸਕਦਾ ਹੈ ਇੱਥੇ ਨਾਲ-ਨਾਲ ਵਧੇਰੇ ਕਲੋਨੀਆਂ ਦੇ ਨਾਂ ਉਹੀ ਹੈ ਜੋ ਰਾਜਧਾਨੀ 'ਚ ਕਲੋਨੀਆਂ ਦੇ ਹਨ ਕਰੋਲ ਬਾਗ ਦੇ ਨਾਂ ਲਈ ਪੰਜਾਬੀ ਬਾਗ ਹੈ ਗ੍ਰੇਟਰ ਕਲਾਸ਼ ਮਤੀਬਾਗ ਪੀਤੰਪੁਰਾ ਤੇ ਇਥੋਂ ਤੱਕ ਕਿ ਕਨਾਟ ਪਲੇਸ ਵੀ ਲੋਕ ਛੋਟੇ-ਛੋਟੇ ਸ਼ਹਿਰ ਚ ਰਹਿ ਕੇ ਵੀ ਰਾਜਧਾਨੀ ਦੀ ਫੀਲ ਲੈ ਸਕਦੇ ਆਂ ਪਰ ਖੁਸ਼ਵੰਤ ਨੂੰ ਕਦੇ ਇਸ ਘਰ ਚ ਉਹ ਖੁਸ਼ਬੂ ਨਹੀਂ ਸੀ ਆਈ ਜੋ ਪਿੰਡ ਵਾਲੇ ਛੋਟੇ ਜਿਹੇ ਘਰ ਚ ਆਉਂਦੀ ਸੀ ਉਸੇ ਘਰ ਚ ਰਾਤ ਨੂੰ ਸੁੱਤਿਆਂ ਉਹਨੇ ਲਾਲੀ ਦੇ ਖਿਆਲਾਂ ਦਾ ਨਿਗਲਿਆ ਸੀ ਉਸੇ ਘਰ ਚ ਉਹਦੀ ਹੋਂਦ ਸਾਹਮਣੇ ਸਵਾਲੀਆ ਨਿਸ਼ਾਨ ਲੱਗੇ ਸਨ ਉਹਨੂੰ ਬੇਸ਼ੱਕ ਉਹ ਘਰ ਹਮੇਸ਼ਾ ਲਈ ਛੱਡਣਾ ਪਿਆ ਸੀ ਪਰ ਹੁਣ ਵੀ ਉਹਨੂੰ ਉਸ ਘਰ ਦੇ ਉਸੇ ਕਰਦੇ ਸੁਪਨੇ ਆਉਂਦੇ ਸਨ ਸੁਪਨਿਆਂ ਚ ਉਸੇ ਕਰਦੀਆਂ ਕੰਧਾਂ ਟੱਪਦਾ ਜਾਂ ਦਹਲੀਜ਼ ਲੰਘਦਾ ਦੂਸਰਾ ਭਾਗ ਹੈ ਉਡਾਰੀ ਉਡਾਰੀ ਦਾ ਪਹਿਲਾ ਅੰਕ ਫਿਰਨੀ ਕੀ ਹੁੰਦੀ ਆ ਸ਼ੈਰ ਜੀ ਜੰਮੀਪਲੀ ਕਵਿਤਾ ਨੇ ਇੱਕ ਵਾਰ ਖੁਸ਼ਵੰਤ ਨੂੰ ਪੁੱਛਿਆ ਸੀ ਸਾਰੇ ਪਿੰਡ ਨੂੰ ਉਪਰੋਂ ਵੜਨ ਵਾਲਾ ਰਾਹ ਹੁੰਦੀ ਆ ਫਿਰਨੀ ਖੁਸ਼ਵੰਤ ਨੇ ਸਮਝਾਇਆ ਸ਼ਹਿਰ ਚ ਫਿਰਨੀ ਨਹੀਂ ਹੁੰਦੀ ਉਨੇ ਵੇਰ ਭੋਲੇ ਪਾਪੂ ਚਾ ਸੀ ਨਹੀਂ ਸ਼ਹਿਰ ਚ ਫਿਰਨੀ ਨਹੀਂ ਹੁੰਦੀ ਕਿਉਂ ਕਿਉਂਕਿ ਸ਼ਹਿਰ ਹਮੇਸ਼ਾ ਬਾਹਰ ਨੂੰ ਫੈਲਦਾ ਵਧਦਾ ਰਹਿੰਦਾ ਹੈ ਪਿੰਡ ਉੱਜੜਦਾ ਰਹਿੰਦਾ ਹੈ ਦੁਨੀਆ ਦੇ ਸਾਰੇ ਪਿੰਡ ਉੱਜੜਨ ਲਈ ਹੀ ਵਸਤੇ ਹਨ ਬੇਸ਼ੱਕ ਉਸ ਪਿੰਡ ਵਿੱਚ ਤੇ ਪੀਰ ਸ਼ਹਿਰ ਸ਼ਾਹੀ ਨਾਇਦ ਦੀ ਮਹਿਰੀ ਕਿਉਂ ਨਾ ਹੋਵੇ ਲੋਕ ਹਮੇਸ਼ਾ ਪਿੰਡ ਚੋਂ ਬਾਹਰ ਨਿਕਲਦੇ ਹਨ ਪਿੰਡ ਵੱਲ ਪਰਤਦੇ ਨਹੀਂ ਖੁਸ਼ਵੰਤ ਵੀ ਖਿਆਲਾਂ ਚ ਪਿੰਡ ਪਰਤਦਾ ਹੈ ਉਸ ਪਿੰਡ ਵੱਲ ਜਿਸ ਚੋਂ ਸੋ ਪਹਿਲਾਂ ਦੀਆਂ ਪੀੜ੍ਹੀਆਂ ਵੀ ਜਵਾਨ ਹੋਈਆਂ ਹੋਣਗੀਆਂ ਜਵਾਨ ਆ ਪੁੱਛ ਲੜਦੇ ਵੀ ਨੇ ਤੇ ਇਸ਼ਕ ਵੀ ਕਰਦੇ ਨੇ ਲੋਕ ਉਹਨਾਂ ਨੂੰ ਲੜਨ ਦੀ ਖੁੱਲ ਤਾਂ ਦਿੰਦੇ ਆ ਪਰ ਇਸ਼ਕ ਕਰਨ ਦੀ ਨਹੀਂ ਪਿੰਡ ਉਹਨਾਂ ਲਈ ਇੱਕ ਘਰ ਵਾਂਗ ਹੈ ਤੇ ਇੱਕੋ ਘਰ ਦੇ ਜੀ ਆਪੋ ਚ ਇਸ਼ਕ ਪੇਛਾ ਨਹੀਂ ਪਾ ਸਕਦੇ ਬੇਸ਼ੱਕ ਪਿੰਡ ਵਿੱਚ ਕਿੰਨੀਆਂ ਜਾਤਾਂ ਤੇ ਗੋਤਾਂ ਦੇ ਟੱਬਰ ਵਸਦੇ ਹੁਣ ਪਰ ਪਿੰਡ ਦਾ ਨਾਂ ਉਹਨਾਂ ਕਰਕੇ ਹੀ ਹੁੰਦਾ ਹੈ ਜਿਨ੍ਹਾਂ ਦੀ ਪਿੰਡ 'ਚ ਚੌਧਰ ਹੋਵੇ ਫਿਰ ਵੀ ਇਸ਼ਕ ਹਰ ਥਾਂ ਵਾਪਰਦੇ ਰਹਿੰਦੇ ਆ ਇਸ਼ਕ ਦੀ ਆਪਣੀ ਆਪਣੀ ਬਾਤ ਵੀ ਪੈਂਦੀ ਰਹਿੰਦੀ ਹੈ ਕਈ ਵਾਰ ਲੜਾਈ ਤੇ ਇਸ਼ਕ ਦੀ ਬਾਤ ਇੱਕੋ ਵੇਲੇ ਉਲਝ ਜਾਂਦੀ ਹੈ ਕਿੰਨੇ ਦੁਖਾਂਤ ਜੰਮਦੇ ਨੇ ਇਸੀ ਉਲਝਣ ਵਿੱਚ ਜਿਵੇਂ ਹਰਪਾਲ ਤੇ ਪਾਸ਼ੀ ਦੇਸ਼ਕ ਦਾ ਦੁਖਾਂਤ ਤੇ ਵਿੱਚ ਫਿਰ ਪੰਜ ਬੰਦਿਆਂ ਵੱਲੋਂ ਇਕੱਲੇ ਹਰਪਾਲ ਨੂੰ ਘੇਰ ਕੇ ਕੀਤੇ ਕਤਲ ਦਾ ਮਹਾ ਦੁਖਾਂਤ ਪੀਰ ਸ਼ਾਹ ਇਨਾਇਤ ਦੀ ਮਹਿਰ ਵਾਲੇ ਪਿੰਡ ਦੀਆਂ ਚਾਰ ਪੱਤੀਆਂ ਚੋਂ ਤਿੰਨ ਮੁੱਖ ਰੂਪ ਚ ਜੱਟਾਂ ਦੀਆਂ ਪੱਤੀਆਂ ਚੌਥੀ ਚ ਵੱਧ ਕਰ ਰਲੀਆਂ ਮਿਲੀਆਂ ਜਾਤਾਂ ਦੇ ਸਨ ਮਜਬੀਆਂ ਦਾ ਵੇੜਾ ਇਹਨਾਂ ਸਾਰੀਆਂ ਪੱਤੀਆਂ ਤੋਂ ਵੱਖਰਾ ਸੀ ਪਿੰਡ ਦੀ ਸਿਆਸਤ ਵਿੱਚ ਜੱਟ ਹੀ ਚੌਧਰ ਲਈ ਆਪੋ ਚ ਭੜਦੇ ਆ ਬਾਕੀ ਜਾਤਾਂ ਦੇ ਲੋਕ ਆਪਣੀ ਰੋਟੀ ਰੋਜ਼ੀ ਦੇ ਜੁਗਾੜਾਂ 'ਚ ਉਲਝੇ ਰਹਿੰਦੇ ਆ ਪਰ ਕਦੇ-ਕਦੇ ਵਿੱਚ ਹੀ ਇਹ ਵੀ ਆਪਸ 'ਚ ਭੇੜੀ ਜਾਂਦੇ ਆ ਜੱਟਾਂ ਤੋਂ ਆਪਣੇ ਆਪ ਨੂੰ ਘੱਟ ਨਹੀਂ ਸਮਝਦੇ ਬੇਸ਼ੱਕ ਜੱਟਾਂ ਦੇ ਸਾਹਮਣੇ ਆਮ ਤੌਰ ਤੇ ਨੀਵੇਂ ਰਹਿੰਦੇ ਆ ਹੋਰ ਦੀਨ ਦੁਨੀਆ ਦਾ ਕਿਸੇ ਨੂੰ ਘੱਟ ਹੀ ਪਤਾ ਹੁੰਦਾ ਬਹੁਤਿਆਂ ਨੇ ਤਾਂ ਕਦੇ ਰੇਲ ਗੱਡੀ ਤੇ ਚੜ੍ਹ ਕੇ ਵੀ ਨਹੀਂ ਸੀ ਦੇਖਿਆ ਮੁਲਕ ਦੀ ਰਾਜਧਾਨੀ ਨੂੰ ਜਾਂਦੀ ਰੇਲ ਦੀ ਲਾਈਨ ਪਿੰਡ ਦੇ 20 ਮੀਲ ਦੂਰੋਂ ਲੰਘਦੀ ਸੀ ਬਹੁਤਿਆਂ ਲਈ ਇਹ 20 ਮੀਲ ਹੀ ਅਨੰਤ ਦੂਰੀ ਸੀ ਜਿੱਥੇ ਜਾਣ ਲਈ ਪਿੰਡ ਦੇ 20 ਮੀਲ ਦੂਰੋਂ ਗੱਡੀ ਫੜਨੀ ਪੈਂਦੀ ਸੀ ਮੁਲਕ ਦੀ ਉਸ ਰਾਜਧਾਨੀ 'ਚ ਏਸ਼ੀਆ ਦੇ ਮੁਲਕਾਂ ਦੀਆਂ ਖੇਡਾਂ ਹੋਈਆਂ ਜਿਹੜੇ ਲੋਕ ਖਰੀਦ ਸਕਦੇ ਸਨ ਖੇਡਾਂ ਤੋਂ ਪਹਿਲਾਂ ਉਹਨਾਂ ਲੋਕਾਂ ਨੇ ਬਕਸੇ ਜੇ ਖਰੀਦ ਲਏ ਇਹਨਾਂ ਬਕਸਿਆਂ 'ਚ ਉਹ ਰਾਜਧਾਨੀ 'ਚ ਖੇਡੇ ਮੈਚ ਦਿਸਣੇ ਸਨ ਇਹ ਨਵੇਂ ਯੁੱਗ ਦੇ ਬਾਈਸਕੋਪ ਸਨ ਬਕਸੇ ਤੋਂ ਇੱਕ ਤਾਰ ਖਿੱਚ ਕੇ ਛੱਤ ਉੱਤੇ ਖੜੇ ਐਂਟੀਨਾ ਨਾਲ ਬੰਨ੍ਹਣੀ ਪੈਂਦੀ ਸੀ ਪਿੰਡ ਵਾਲੇ ਕਹਿੰਦੇ ਵੀ ਕਿੰਨੀ ਤਰੱਕੀ ਕਰ ਲਈ ਸੈਂਸ ਨੇ ਆਹ ਰਾਜਤਾ ਨੀਚੇ ਹੋਈ ਵਾਪਰੀ ਗੈਪ ਕਰਕੇ ਹਵਾ ਚੋੜਾ ਦਿੰਦੇ ਆ ਕਿ ਉਹਨੂੰ ਹੀ ਐਂਟੀਨਾ ਫੜ ਕੇ ਬਕਸੇ 'ਚ ਪਾਉਂਦੇ ਬਕਸੇ 'ਚ ਆ ਕੇ ਰੋਜ਼ ਸ਼ਾਮ ਨੂੰ ਇੱਕ ਸੁਨੱਖੀ ਜਿਹੀ ਮੁਟਿਆਰ ਲੋਕਾਂ ਨੂੰ ਖ਼ਬਰਾਂ ਵੀ ਸੁਣਾਉਂਦੀ ਲੋਕਾਂ ਨੂੰ ਸਵੇਰੇ ਆਉਂਦੀ ਅਖਬਾਰ ਤੋਂ ਪਹਿਲੇ ਹੀ ਦਿਨੇ ਹੋਈ ਬੀਤੀ ਦਾ ਪਤਾ ਲੱਗ ਜਾਂਦਾ ਪਿੰਡ ਦੇ ਬੰਦੇ ਔਰਤਾਂ ਬਕਸੇ ਵਿੱਚ ਬੈਠੇ ਤੁਰੇ ਫਿਰਦੇ ਜਾਂ ਗੱਲਾਂ ਕਰਦੇਆਂ ਨੂੰ ਬੇਵਿਸ਼ਵਾਸੀ ਜੇ ਨਾਲ ਤੱਕਦੇ। ਕਈ ਬੁੜੀਆਂ ਬਕਸੇ ਦੇ ਆਹ ਨੇੜੇ ਬਹਿ ਜਾਂਦੀਆਂ ਬਕਸੇ 'ਚ ਖਬਰਾਂ ਪੜ੍ਹਦੀਆਂ ਜਾਂ ਕਿਸੇ ਪ੍ਰੋਗਰਾਮ ਬਾਰੇ ਦੱਸਦੀਆਂ ਔਰਤਾਂ ਉਹਨਾਂ ਨੂੰ ਪਰੀਆਂ ਜਿਹੀਆਂ ਲੱਗਦੀਆਂ। ਪਰੀਆਂ ਵਾਂਗ ਹੀ ਕਿਸੇ ਹੋਰ ਧਰਤੀ ਦੀਆਂ ਜਾਇਆਂ। ਕਈ ਤਾਂ ਉਹਨਾਂ ਨਾਲ ਗੱਲਾਂ ਕਰਨ ਦਾ ਯਤਨ ਵੀ ਕਰਦੀਆ। ਗਿਆਨੀ ਮਾਸਟਰ ਚਾਚੇ ਦੀ ਮਾਂ ਨੇ ਵੀ ਖਬਰਾਂ ਦੱਸਣ ਵਾਲੀ ਨੂੰ ਪੁੱਛਣ ਦੀ ਹਿੰਮਤ ਕੀਤੀ ਸੀ। ਭਲਾ ਦੱਸਖਾ ਤੂੰ ਤਾਂ ਸਾਨੂੰ ਦਿਖਦੀਆਂ। ਅਸੀਂ ਵੀ ਤੈਨੂੰ ਦੇਣੀਆ। ਖਬਰਾਂ ਵਾਲੀ ਨੇ ਕੋਈ ਜਵਾਬ ਨਹੀਂ ਸੀ ਦਿੱਤਾ ਗਿਆਨੀ ਮਾਸਟਰ ਚਾਚੇ ਦੀ ਮਾਂ ਨੂੰ ਲੱਗਿਆ ਇਹ ਸ਼ਹਿਰ ਨਾਲ ਇਦਾਂ ਦੀਆਂ ਹੀ ਹੁੰਦੀਆਂ ਘਮੰਡੀ ਜੀਆਂ ਬਕਸੇ ਦੀ ਮਹਿਮਾ ਸੀ ਰਾਣੀ ਨੇ ਲੋਕਾਂ ਨੇ ਫੇਰ ਉਹਦਾ ਉਹਦੇ ਨਵੇਂ ਹੱਥ ਉਤੇ ਮੋਹਰਾਂ ਲਾ ਕੇ ਉਹਨੂੰ ਆਪਣੀ ਰਾਣੀ ਚੁਣ ਲਿਆ ਸੀ ਬੱਚਿਆਂ ਨੂੰ ਮੁਲਕ 'ਚ ਹੋਣ ਵਾਲੀਆਂ ਖੇਡਾਂ ਦਿਖਾਉਣ ਲਈ ਸਕੂਲਾਂ 'ਚ ਛੁੱਟੀਆਂ ਕਰਦੀਆਂ ਖੁਸ਼ਵੰਤ ਦੀ ਸਕੂਲੇ ਪੜ੍ਹਦੀ ਪੀੜ੍ਹੀ ਦੀ ਇਹ ਦੁਨੀਆ ਨਾਲ ਪਹਿਲੀ ਰਸਮੀ ਮੁਲਾਕਾਤ ਸੀ ਕਦੇ-ਕਦੇ ਦਿਯਾਲਾ ਜ਼ਰੂਰ ਇਹਨਾਂ ਨੂੰ ਰੋਸ ਤੇ ਚੀਨ ਦੀਆਂ ਗੱਲਾਂ ਸੁਣਾਉਂਦਾ ਹੁੰਦਾ ਸੀ ਜਿੱਥੇ ਸਾਰੇ ਅੰਕਲ ਰੋਜ਼ਗਾਰ ਹੈ ਤੇ ਕੋਈ ਭੁੱਖਾ ਨਹੀਂ ਮਰਦਾ ਜਿਨ੍ਹਾਂ ਦੇ ਘਰੀ ਬਕਸੇ ਨਾ ਆਏ ਉਹਨਾਂ ਨੇ ਆਣ ਗੁਆਣ ਦੇ ਘਰਾਂ 'ਚ ਮੈਚ ਦੇਖੇ ਖੁਸ਼ਵੰਤ ਦੇ ਗੁਆਣ ਗਿਆਨੀ ਮਾਸਟਰ ਚਾਚੇ ਨੇ ਦੇ ਘਰ ਇਹ ਬਕਸਾ ਆਇਆ ਚਾਚਾ ਬਕਸਾ ਲਾ ਕੇ ਸਾਹਮਣੇ ਬੁਰੀਆਂ ਵਿਛਾ ਦਿੰਦਾ ਜਿਹਦਾ ਵੀ ਜੀ ਕਰਦਾ ਉਹ ਇਹਨਾਂ ਬੁਰੀਆਂ ਉੱਤੇ ਬੈਠ ਕੇ ਬਕਸਾ ਦੇਖ ਸਕਦਾ ਹੈਰਾਨੀ ਦੀ ਗੱਲ ਇਹ ਹੈ ਕਿ ਥੋੜਾ ਆਉਣ ਤੇ ਬਹੁਤਾ ਜਾਣ ਵਾਲੀ ਬਿਜਲੀ ਵੀ ਇਹਨਾਂ ਦਿਨਾਂ 'ਚ ਬਹੁਤ ਘੱਟ ਗਈ ਪਰ ਖੇਡਾਂ ਦੇਖਣ ਦਾ ਮਜ਼ਾ ਉਦੋਂ ਅੱਧਾ ਰਹਿ ਗਿਆ ਜਦੋਂ ਇਹਨਾਂ ਦੀ ਹਾਕੀ ਟੀਮ ਪਾਕਿਸਤਾਨ ਤੋਂ ਫਾਈਨਲ ਮੈਚ ਬੁਰੀ ਤਰ੍ਹਾਂ ਹਾਰ ਗਈ। ਪਰ ਅਗਲੇ ਬਾਰੇ ਇੱਕ ਹੋਰ ਘਟਨਾ ਵਾਪਰ ਗਈ। ਮੁਲਕ ਦੀ ਕ੍ਰਿਕਟ ਦੀ ਟੀਮ ਨੇ ਦੁਨੀਆ ਦੀ ਸਭ ਤੋਂ ਖਤਰਨਾਕ ਟੀਮ ਨੂੰ ਹਰਾ ਕੇ ਵਿਸ਼ਵ ਕੱਪ ਜਿੱਤ ਲਿਆ। ਇਸ ਤੋਂ ਪਹਿਲਾਂ ਪੀਰ ਸ਼ਾਹ ਇਨਾਜ ਦੀ ਮੇਰ ਵਾਲੇ ਪਿੰਡ ਦੇ ਲੋਕਾਂ ਨੇ ਕਦੇ ਚੱਜ ਨਾਲ ਕ੍ਰਿਕਟ ਦਾ ਨਾਂ ਵੀ ਨਹੀਂ ਸੁਣਿਆ। ਹੁਣ ਉਹਨਾਂ ਨੇ ਵੀ ਟੀਮ ਦੇ ਕਪਤਾਨ ਆਪਣੀ ਧਰਤੀ ਦੇ ਮੁੰਡੇ ਨੂੰ ਗੋਰਿਆਂ ਦੀ ਧਰਤੀ ਉੱਤੇ ਸੋਨਾ ਜਿਹਾ ਕੱਪ ਹਵਾ 'ਚ ਲਹਿਰਾਉਂਦੇ ਆਂ ਤੇ ਚੁੰਮਦੇ ਆਂ ਦੇਖਿਆ। ਇਹਦੇ ਅਗਲੇ ਹੀ ਦਿਨ ਪਿੰਡ ਦੇ ਮੁੰਡਿਆਂ ਨੇ ਘਰਾਂ ਦੀ ਥਾਪੀਆਂ ਤੇ ਖਿੱਦੂਆਂ ਨਾਲ ਲੋਕਾਂ ਦੇ ਬੂਏ ਵਾਰੀਆਂ ਭੰਨਣੀਆਂ ਸ਼ੁਰੂ ਕਰਤੀਆਂ। ਪਿੰਡ 'ਚ ਕਿਹੜਾ ਕੋਈ ਕ੍ਰਿਕਟ ਦੀ ਖੁੱਲੀ ਗਰਾਊਂਡ ਸੀ। ਮੁੰਡੇ ਭੀੜੀਆਂ ਜਾਂ ਕੁਝ ਖੁੱਲੀਆਂ ਗਲੀਆਂ 'ਚ ਹੀ ਖੇਡਦੇ। ਲੰਗਦੇ ਵੜਦੇ ਤੇ ਮੋਰ ਸੇਕਦੇ। ਖਤਰੀਆਂ ਨੇ ਆਪਣੀ ਹੱਟੇ ਉੱਤੇ ਬੱਲੇ ਗੇਂਦਾਂ ਲਿਆਂ ਰੱਖੀਆਂ। ਖੁਸ਼ਵੰਤ ਤੇ ਸਤਪਾਲ ਨੇ ਵੀ ਪੈਸੇ ਇਕੱਠੇ ਕਰਕੇ ਬੱਲਾ ਖੇਂਦ ਖਰੀਦ ਲਈ। ਦ੍ਰਕਤਾਂ ਨਾਲ ਉਹ ਸਿੱਧੀਆਂ ਟਾਣੀਆਂ ਤੋੜ ਕੇ ਉਹਨਾਂ ਤਿੰਨ ਵਿਕਟਾਂ ਬਣਾ ਲਈਆਂ ਅਗਲੇ ਦਿਨ ਖੇਡਾਂ ਦੇ ਪੀਰੀਅਡ ਸਕੂਲ ਦੀ ਗਰਾਊਂਡ 'ਚ ਜਾ ਗੱਡੀਆਂ ਜਮਾਤ ਦੇ ਕਈ ਹੋਰ ਮੁੰਡੇ ਵੀ ਖੇਡਣ ਲਈ ਆ ਗਏ ਇਸ ਖੇਡ ਨੇ ਤਾਂ ਸਾਰਾ ਪਾਸਾ ਹੀ ਪਲਟਤਾ ਸੀ ਪਹਿਲਵਾਨਾਂ ਦਾ ਛੋਟਾ ਮੁੰਡਾ ਤਰਲੋਕੀ ਜਿਹੜਾ ਹਰ ਸਾਲ ਕੁਸ਼ਤੀ 'ਚ ਜ਼ਿਲ੍ਹਾ ਜਿੱਤਦਾ ਸੀ ਪਹਿਲੀ ਗੇਂਦ ਵੀ ਨਾ ਖੇਡ ਸਕਿਆ ਖੁਸ਼ਵੰਤ ਦੇ ਸਕੂਲ ਦੀ ਕਬੱਡੀ ਤੇ ਫੁੱਟਬਾਲ ਦੀ ਟੀਮ ਮਸ਼ਹੂਰ ਸੀ ਸਕੂਲਾਂ ਵਿਦਿਅਾਂ ਖੇਡਾਂ 'ਚ ਹਰ ਵਾਰ ਉਹੀ ਜ਼ਿਲ੍ਹੇ 'ਚ ਖੇਡਣ ਜਾਂਦੇ ਸੀ ਪਰ ਉਹ ਜੋ ਕਬੱਡੀ ਬੁੜਕ-ਬੁੜਕੇ ਪਾਉਂਦੇ ਸੀ ਕ੍ਰਿਕਟ ਵਿੱਚ ਉਹਨਾਂ ਨੂੰ ਬਾਹ ਕੁਮਾ ਕੇ ਗੇਂਦ ਸੁੱਟਣੀ ਨਾ ਆਉਂਦੀ ਖੁਸ਼ਵੰਤ ਤੇ ਸਤਪਾਲ ਵਰਗੇ ਜਿਨ੍ਹਾਂ ਨੂੰ ਕਬੱਡੀ ਤੇ ਫੁੱਟਬਾਲ ਚ ਕੋਈ ਆਪਣੀ ਟੀਮ ਚ ਖੜਾਉਣ ਨੂੰ ਤਿਆਰ ਨਹੀਂ ਸੀ ਕ੍ਰਿਕਟ ਦੇ ਮੋਹਰੀ ਖਿਡਾਰੀ ਬਣ ਬੈਠੇ ਹੁਣ ਉਹ ਹੀ ਆਪੋ ਆਪਣੀ ਟੀਮ ਦੇ ਕਪਤਾਨ ਹੁੰਦੇ ਸਕੂਲ ਦਾ ਪੀਟੀ ਗੁਰਨਾਮ ਕੁਝ ਦਿਨ ਉਹਨਾਂ ਨੂੰ ਹੀ ਅਜੀਬ ਖੇਡ ਖੇਡਦਿਆਂ ਦੇਖਦਾ ਰਿਹਾ ਉਹ ਪੁਰਾਣੇ ਵੇਲੇਆਂ ਦਾ ਬੰਦਾ ਸੀ ਨਿਆਣਿਆਂ ਨੂੰ ਅਲਗੋਜ਼ੇ ਵਜਾਉਣੇ ਸਿਖਾਉਣੇ ਉਹਨੂੰ ਆਉਂਦੇ ਸੀ ਡਰਾਮ ਉਹ ਚੰਗਾ ਵਜਾ ਲੈਂਦਾ ਸੀ ਪਰ ਕਬੱਡੀ ਫੁੱਟਬਾਲ ਤੋਂ ਬਿਨਾਂ ਉਹ ਹਾਕੀ ਦੀ ਖੇਡ ਬਾਰੇ ਹੀ ਜਾਣਕਾਰੀ ਸੀ ਚੌਥੇ ਪੰਵੇ ਦੇ ਦਿਨ ਉਹ ਕ੍ਰਿਕਟ ਖੇਡਦੇ ਮੁੰਡਿਆਂ ਕੋਲ ਗਰਾਊਂਡ 'ਚ ਗਿਆ ਤੇ ਪੱਗ ਦੇ ਲੜ ਰਹਿਟ ਉਂਗਲੀ ਵਾਰ ਸਿਰ ਤੇ ਖੁਰਕਦੇ ਆ ਬੋਲਿਆ ਓਏ ਗੱਲ ਸੁਣੋ ਵੱਡੇ ਖਿਡਾਰੀਓ ਆ ਆਪਣੇ ਡੰਡੇ ਜੇ ਪੁੱਟੋ ਇੱਥੋਂ ਤੇ ਦਫਾ ਹੋ ਜਾ ਅੱਜ ਤੋਂ ਬਾਅਦ ਤੁਸੀਂ ਇਹ ਥਾਪੀ ਜੇ ਨਾਲ ਕ੍ਰਿਕਟ ਖੇਡ ਕ੍ਰਿਕਟ ਖੇਡਦੇ ਨਹੀਂ ਦਿਖਣੇ ਚਾਹੀਦੇ ਮੈਨੂੰ ਨਿਆਣਿਆਂ ਦੀ ਇਸ ਨਵੀਂ ਖੇਡ ਕਾਰਨ ਉਹ ਪਰੇਸ਼ਾਨ ਹੋ ਗਿਆ ਸੀ ਉਹ ਨਿਆਣਿਆਂ ਨੂੰ ਖੇਡਾਂ ਸਿਖਾਉਣ ਦੀ ਤਨਖਾਹ ਲੈਂਦਾ ਸੀ ਪਰ ਇਹ ਖੇਡ ਨਿਆਣੇ ਆਪੇ ਸਿੱਖ ਗਏ ਸੀ ਜਦ ਕਿ ਉਹਨੂੰ ਇਹ ਸਮਝ ਨਹੀਂ ਸੀ ਆ ਰਹੀ ਨਿਆਣਿਆਂ ਨੂੰ ਉਹ ਕੁਝ ਪੁੱਛ ਨਹੀਂ ਸੀ ਸਕਦਾ ਅਖਰ ਉਹਨਾਂ ਦਾ ਮਾਸਟਰ ਸੀ ਆਪਣੀ ਅਗਿਆਨਤਾ ਕਿਵੇਂ ਦਿਖਾਉਂਦਾ ਕੁਝ ਦਿਨ ਉਹਨਾਂ ਦੀ ਖੇਡ ਬੰਦ ਰਹੀ ਪਰ ਅਖੀਰੇ ਨਵੀਂ ਖੇਡ ক্রিকেট ਗੁਰਨਾਮ ਮਾਸਟਰ ਦੇ ਡਰ ਨਾਲੋਂ ਵੱਧ ਤਕੜੀ ਸਿੱਧ ਹੋਈ ਕਦੇ ਕੋਈ ਕਦੇ ਕੋਈ ਜਮਾਤ ক্রিকেট ਖੇਡਣਾ ਸ਼ੁਰੂ ਕਰ ਦਿੰਦੀ ਗੁਰਨਾਮ ਮਾਸਟਰ ਕਿਸ-ਕਿਸ ਨੂੰ ਰੋਕਦਾ ਉਦੋਂ ਤਾਂ ਸਕੂਲ 'ਚ ਖੇਡ ਦਾ ਭਵਿੱਖ ਤਾਂ ਹੀ ਹੋ ਗਿਆ ਜਦੋਂ ਸ਼ਹਿਰੋਂ ਨਵੇਂ ਆਉਣ ਲੱਗੇ ਦੋ ਮੁੰਡੇ ਖੁੰਡੇ ਸਾਇੰਸ ਮਾਸਟਰਾਂ ਨੇ ਅੱਧੀ ਛੁੱਟੀ ਵੇਲੇ ਮੁੰਡਿਆਂ ਨਾਲ ਖੇਡਣਾ ਸ਼ੁਰੂ ਕਰਤਾ ਕ੍ਰਿਕਟ ਨੇ ਉਸ ਪਿੰਡ ਵਿੱਚ ਵੀ ਪੱਕੇ ਪੈਰ ਜਮਾ ਲਏ ਜਿਸ ਉੱਤੇ ਪੀਰ ਸ਼ਾ ਇਨਾਇਤ ਦੀ ਮਹਿਰ ਸੀ ਖੁਸ਼ਵੰਤ ਦੇ ਸਕੂਲ ਦੇ ਸਾਥੀਆਂ ਵਿੱਚੋਂ ਰਾਮੇ ਨੇ ਕਦੇ ਉਹਨਾਂ ਨਾਲ ਕ੍ਰਿਕਟ ਨਹੀਂ ਸੀ ਖੇਡੀ ਉਹਨਾਂ ਨੂੰ ਵੀ ਇਹ ਖੇਡ ਪਸੰਦ ਨਹੀਂ ਸੀ ਆਈ ਉੰਜ ਵੀ ਪਿਛਲੇ ਕੁਝ ਸਮੇਂ ਤੋਂ ਉਹਦੀ ਦਿਲਚਸਪੀ ਦਾ ਕੇਂਦਰ ਬਦਲ ਗਿਆ ਸੀ ਹੋਇਆ ਏ ਕਿ ਇੱਕ ਦਿਨ ਉਹ ਆਪੋ ਆਪਣੇ ਸਾਈਕਲਾਂ ਉੱਤੇ ਸ਼ਹਿਰ ਆਪਣੇ ਸਕੂਲ ਦੀਆਂ ਟੀਮਾਂ ਦੇ ਮੈਚ ਵੇਖਣ ਚਲੇ ਗਏ ਸਕੂਲ ਦੀ ਟੀਮ ਸਵੇਰੀ ਮੈਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਖੁਸ਼ਵੰਤ ਉਹਨਾਂ ਨੂੰ ਲੈ ਕੇ ਪੋਸਟਰ ਦੇਖਣ ਲਈ ਸਿਨੇਮੇ ਜਾ ਵੜਿਆ 12 ਵਜੇ ਦੇ ਸ਼ੋਅ 'ਚ ਜੁਗਿੰਦਰ ਦੀ ਕੋਈ ਘਟਿਆਜੀ ਫਿਲਮ ਫਿਲਮ ਦੇ ਘਟਿਆ ਹੋਣ ਬਾਰੇ ਖੁਸ਼ਵੰਤ ਨੂੰ ਕਈ ਵਾਰੇ ਬਾਤ ਪਤਾ ਲੱਗਾ ਲੱਗੀ ਸੀ ਜਿਸ ਤੋਂ ਖੂਬ ਮਾਰ-ਟਾੜ ਦੇ ਦ੍ਰਿਸ਼ ਸੀ ਖੁਸ਼ਵੰਤ ਸਤਪਾਲ ਤੇ ਰਾਮਾ ਜਿਵੇਂ ਨਾ ਰੰਗ-ਬਰੰਗੇ ਪੋਸਟਰਾਂ ਦੇ ਤਲਿਸਮ 'ਚ ਫਸ ਗਏ ਸੀ ਉਹਨਾਂ ਤੁਰੰਤ ਫਿਲਮ ਦੇਖਣ ਦਾ ਫੈਸਲਾ ਕੀਤਾ ਤੇ ਸਭ ਤੋਂ ਅਗਲੀ ਪਾਲ ਦੀਆਂ ਸਭ ਤੋਂ ਸਸਤੀਆਂ ਟਿਕਟਾਂ ਲੈਣ ਦਾ ਫੈਸਲਾ ਹੋਇਆ ਰਾਮੇ ਦੀ ਜੇਬ ਚੋਂ ਇੰਨੇ ਪੈਸੇ ਵੀ ਨਾ ਨਿਕਲੇ ਅਖੀਰ ਖੁਸ਼ਵੰਤ ਨਹੀਂ ਹੀ RAME ਦੇ ਪੈਸੇ ਵੀ ਖਰਚੇ ਫਿਲਮ ਦੇਖਦਾ ਰਾਮਾ ਸੀਟ ਉਤੇ ਬੈਠਾ ਬੁੜਕਦਾ ਰਿਹਾ ਸਾਹਮਣੇ ਚਾਂਦੀ ਰੰਗੇ ਪਰਦੇ ਉਤੇ ਦਿਸਦੀ ਦੁਨੀਆ ਚ ਚਲੇ ਜਾਣ ਨੂੰ ਤੰਗਦਾ ਰਿਹਾ ਖੁਸ਼ਵੰਤ ਤੇ ਸਤਪਾਲ ਨੇ ਤਾਂ ਉਸ ਦਿਨ ਫਿਲਮ ਦੇਖੀ ਤੇ ਭੁੱਲ ਗਏ ਪਰ ਫਿਲਮ ਦੇ ਕਿਰਦਾਰ ਸਿਨਮੇ ਹਾਲ ਚੋਂ ਬਾਹਰ ਨਿਕਲ ਕੇ RAME ਦੇ ਪਿੱਛੇ-ਪਿੱਛੇ ਆ ਗਏ ਉਸ ਦਿਨ ਪਿੱਛੋਂ ਉਹਨਾਂ ਕਿਰਦਾਰਾਂ ਨੇ ਉਹਨੂੰ ਬਾਹਰ-ਪਾਰ ਸਿਨਮੇ ਹਾਲ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ ਤਕਰੀਬਨ ਹਰ ਐਤਵਾਰ ਉਹ ਸਾਈਕਲ ਚੁੱਕਦਾ ਤੇ ਉਹਨਾਂ ਦੇ ਪਿੱਛੇ ਪਿੱਛੇ ਸ਼ਹਿਰ ਜਾਵਣ ਦਾ ਨਵੀਂ ਲੱਗੀ ਫਿਲਮ ਦੇਖ ਕੇ ਹੀ ਉਹਨੂੰ ਚੈਨ ਆਉਂਦਾ ਪਤਾ ਨਹੀਂ ਫਿਲਮ ਦੇਖਣ ਲਈ ਹੁਣ ਉਸ ਕੋਲ ਪੈਸੇ ਕਿੱਥੋਂ ਆਉਂਦੇ ਸੀ ਖੁਸ਼ਵੰਤ ਤੇ ਸਤਪਾਲ ਨੂੰ ਸ਼ੱਕ ਸੀ ਕਿ ਆਪਣੇ ਬਾਪੂ ਦੀ ਜੇਬ ਚੋਂ ਕੱਢਦਾ ਧਰਮਿੰਦਰ ਤੋਂ ਅੱਗੇ ਉਹਨੂੰ ਅਮਿਤਾਬ ਬੱਚਨ ਉਹ ਜੋ ਉਹਨੂੰ ਮਤਾਬ ਬੱਚਨ ਕਹਿੰਦਾ ਚੰਗਾ ਲੱਗਣ ਲੱਗਾ ਸੀ ਇੱਕ ਦਿਨ ਉਹਨੇ ਆਪਣੇ ਵਾਲ ਵੀ ਅਮਿਤਾਬ ਬੱਚਨ ਵਰਗੇ ਕਟਾ ਲਏ ਖੁਸ਼ਵੰਤ ਉਹਦੇ ਘਰ ਜਾਂਦਾ ਤਾਂ RAME ਦੀ ਮਾਂ ਉਹਦੇ ਬਦਲ ਗਏ ਤੌਰਾਂ ਬਾਰਿਸ਼ ਕਹਿਤਾਂ ਲਾਉਂਦੀ ਉਹ ਇੱਕ ਦੋ ਵਾਰ ਆਪਣੇ ਬਾਪੂ ਤੋਂ ਵੀ ਤੌਣੀ ਲਵਾ ਚੁੱਕਾ ਸੀ ਖੁਸ਼ਵੰਤ ਸਮਝਾਉਣ ਦੀ ਕੋਸ਼ਿਸ਼ ਕਰਦਾ ਤੋ ਅੱਗੂ ਆਖਦਾ ਇਹ ਤੇਰਾ ਹੀ ਕਸੂਰ ਆ ਸਾਰਾ ਨਾ ਤੂੰ ਉਦੋਂ ਮੈਨੂੰ ਫਿਲਮ ਦਿਖਾਉਂਦਾ ਨਾ ਮੈਨੂੰ ਉਹ ਪੁੱਸ ਪੈਂਦਾ ਕਦੇ ਕਦੇ ਉਹ ਆਪਣੇ ਅਮਿਤਾਬ ਬੱਚਨ ਵਾਲੇ ਸਟਾਈਲ ਵਾਲਾਂ ਚ ਹੱਥ ਫੇਰਦੇ ਆਖਦਾ ਮੈਨੂੰ ਤਾਂ ਉਪਰੀ ਕਸਰ ਹੋ ਗਈ ਆ ਤਵੀਤ ਖੋਲ ਕੇ ਪਿਆ ਦੇ ਕਿਸੇ ਨੇ ਖੁਸ਼ਵੰਤ ਖਿੱਚ ਕੇ ਆਖਦਾ ਜਾ ਪਖੰਡ ਨਾ ਕਰੀ ਜਾਵੇਂ ਤਬੀਤ ਤੂਬੂਤ ਨਹੀਂ ਹੁੰਦੇ ਕੁਝ ਖੁਸ਼ਵੰਦ ਨੇ ਤਾਜ਼ਾ ਤਾਜ਼ਾ ਛੱਪੀ ਕਿਤਾਬ ਦੇ ਪਰ ਹਾਰ ਗਏ ਪੜ੍ਹੀ ਸੀ ਦਿਆਲੇ ਕਾਮਰੇਡ ਨੇ ਘਰੋਂ ਲਿਆ ਕੇ ਪਰ ਰਾਮਾ ਆਪਣੇ ਵੱਲੋਂ ਝੂਠ ਨਹੀਂ ਸੀ ਬੋਲਦਾ ਉਹਦੀ ਮਾਂ ਨੇ ਇੰਨੀ ਵਾਰ ਇਹੀ ਗੱਲ ਉਹਨੂੰ ਕਹੀ ਸੀ ਕਿ ਉਹਨੂੰ ਸੱਚਮੁੱਚ ਇਸ ਗੱਲ ਤੇ ਯਕੀਨ ਹੋ ਗਿਆ ਸੀ ਤੂੰ ਨਹੀਂ ਨਾ ਮੰਨਦਾ ਮੇਰੀ ਗੱਲ ਕੋਈ ਨਹੀਂ ਪੁੱਤ ਜਿੱਦਣ ਤੇਰੇ ਸਿਰ ਤੇ ਪਈ ਉਦੋਂ ਪਤਾ ਲੱਗੂ ਦੇਖੀ ਕਿਦਾਂ ਸਿਰ ਘਮਾਉਂਦਾ ਤੂੰ ਵੀ ਤੇ ਰਾਮਾ ਰਾਮੇ ਦਾ ਆਪਣੇ ਕਹਿ ਬੋਲਾਂ 'ਚ ਪੂਰਾ ਵਿਸ਼ਵਾਸ ਹੁੰਦਾ ਤਰਮਿੰਦਰ ਦੇ ਮੁੰਡੇ ਸਨੀ ਦਿਉਲ ਦੀ ਫਿਲਮ ਬੇਤਾਬ ਲੱਗੀ ਤਾਂ ਫਿਲਮ ਦਾ ਪਹਿਲਾ ਸ਼ੋਅ ਦੇਖਣ ਵੱਡੇ ਸ਼ਹਿਰ ਚ ਚਲਾ ਗਿਆ ਆ ਕੇ ਉਹਨਾਂ ਨੂੰ ਨਵੀਂ ਹਿਰਵਿੰਦ ਦੇ ਸੁਹੱਪਣ ਦੀਆਂ ਗੱਲਾਂ ਸੁਣਾਉਂਦਾ ਰਿਹਾ ਅਗਲੇ ਹਫਤੇ ਐਤਵਾਰ ਫੇਰ ਉਹੀ ਫਿਲਮ ਦੇਖਣ ਦੌੜ ਗਿਆ ਕਈ ਹਫਤੇ ਇਹੋ سلسلہ ਚੱਲਿਆ ਆਖਰਕਾਰ ਇੱਕ ਦਿਨ ਉਹਦੀ ਮਾਂ ਨੇ ਉਹਦੀ ਸ਼ਿਕਾਇਤ ਪੀਟੀ ਮਾਸਟਰ ਗੁਰਨਾਮ ਸਿੰਘ ਨੂੰ ਆ ਲਾਈ ਗੁਰਨਾਮ ਸਿੰਘ ਨੇ ਕਿੰਨੀ ਦੇਰ ਰਾਮੇ ਦਾ ਗੁੱਟ ਫੜੀ ਰੱਖਿਆ ਖੁਸ਼ਵੰਤ ਨੂੰ ਜਪਿਆ ਉਹਦੀ ਨਬਜ਼ ਟੋਣ ਦੀ ਕੋਸ਼ਿਸ਼ ਕਰ ਰਿਹਾ ਨਬਜ਼ ਤੋਂ ਹੀ ਉਹਦੇ ਮਰਜ਼ ਬਾਰੇ ਪਤਾ ਲਗਾਏਗਾ ਰਾਮਾਂ ਵੀ ਪਿੱਠ ਤੇ ਵੱਜਣ ਵਾਲੇ ਘਸੌਣ ਜਾਂ ਮੂੰਹ ਤੇ ਪੈਣ ਵਾਲੀਆਂ ਚਪੇੜਾ ਉਡੀਕਦਾ ਰਿਹਾ ਗੁਰਨਾਮਾਸਟਰ ਕੋਲ ਹਰ ਮਰਜ਼ ਦਾ ਇਹੀ ਇਲਾਜ ਸੀ ਪਰ ਉਸ ਦਿਨ ਨੱਕ ਸੁਣ ਵੱਜਿਆ ਨਾ ਥੱਪੜ ਸਕੂਲ ਦੇ ਵਿਦਿਆਰਥੀਆਂ ਲਈ ਚਮਤਕਾਰ ਤੋਂ ਘੱਟ ਨਹੀਂ ਸੀ ਕੁਝ ਦਿਨ ਰਾਮੇ ਦਾ ਹੱਥ ਘੁੱਟ ਕੇ ਫੜੀ ਰੱਖਣ ਵਿੱਚੋਂ ਪਤਾ ਨਹੀਂ ਉਹਦੇ ਦਿਮਾਗ 'ਚ ਕੀ ਆਇਆ ਉਹਨੇ ਬਸ ਇੰਨਾ ਆਖਦਿਆਂ ਹੱਥ ਛੱਡਤਾ ਬੰਦਾ ਬਣ ਜਾ ਬੰਦਾ ਇਹਨਾਂ ਤਿੰਨ ਸ਼ਬਦਾਂ 'ਚ ਸਖਤਾਈ ਉਨੀ ਸੀ ਜਿੰਨੀ ਉਹਦੇ ਬੋਲਾਂ 'ਚ ਗੁੱਟ ਛੁੱਟਦੀ ਹੈ RAME ਨੇ ਉੱਥੋਂ ਦੁੜਕੀ ਲਾ ਲਈ ਜਿਵੇਂ ਉਹਨੂੰ ਸੱਚਮੁੱਚ ਬੰਦਾ ਬਣਨ ਦੀ ਕਾਹਲ ਹੋਵੇ ਉਹਦਾ ਘਰੋਂ ਦੌੜ ਕੇ ਸ਼ਹਿਰ ਫਿਲਮ ਦੇਖਣ ਜਾਣਾ ਜਾਰੀ ਰਿਹਾ ਉਹਦੇ ਆਪਣੇ ਦੱਸੇ ਅਨੁਸਾਰ ਉਹ ਨਵੀਂ ਲੱਗੀ ਫਿਲਮ ਦੀਆਂ ਟਿਕਟਾਂ ਖਰੀਦ ਕੇ ਬਲੈਕ 'ਚ ਵੀ ਵੇਚ ਦਿੰਦਾ ਸੀ ਇਸ ਤਰ੍ਹਾਂ ਉਹਦੇ ਕੋਲ ਅਗਲੀ ਫਿਲਮ ਦੇਖਣ ਲਈ ਪੈਸੇ ਆ ਜਾਂਦੇ ਸੀ ਹੁਣ ਤਾਂ ਸਗੋਂ ਉਹਦੇ ਮਨ 'ਚ ਦੌੜ ਕੇ ਬੰਬੇ ਹੁਣ ਉਹ ਬੰਬਈ ਨੂੰ ਅੰਗਰੇਜ਼ੀ ਸਟਾਈਲ 'ਚ ਬੋਲਦਾ ਸੀ ਉਦੋਂ ਅਜੇ ਸ਼ਹਿਰ ਦਾ ਨਾਮ ਮੁੰਬਈ ਨਹੀਂ ਸੀ ਰੱਖਿਆ जान ਦੀ ਇੱਛਾ ਵੀ ਪੈਦਾ ਹੋਣ ਲੱਗੀ ਸੀ ਆਖਰ ਧਰਮਿੰਦਰ ਵਰਗੇ ਹੀਰੋ ਘਰੋਂ ਦੌੜ ਕੇ ਸਟਾਰੇ ਬਣੇ ਸੀ RAME ਦੀ ਬੰਬਈ ਜਾਣ ਦੀ ਯੋਜਨਾ ਕਦੇ ਸਿਰੇ ਨਾ ਚੜ ਸਕੇ ਹਾਂ ਘਰੋਂ ਦੌੜਨ ਦਾ ਸ਼ੌਕ ਉਹਨੇ ਜ਼ਰੂਰ ਪੂਰਾ ਕਰ ਲਿਆ ਹੋਇਆ ਇਹ ਕਿ ਇੱਕ ਦਿਨ ਫੇਰ ਉਹਦਾ ਬਾਪੂ ਉਸ ਨਾਲ ਔਖਾ ਭਾਰਾ ਹੋਇਆ ਉਸ ਦਿਨ ਬਾਪੂ ਸ਼ਹਿਰੋਂ ਘੋਟ ਲਾ ਕੇ ਆਇਆ ਸੀ ਤੇ ਇਹ ਘੋਟ ਪਹਿਲਾਂ RAME ਦੀ ਮਾਂ ਤੇ ਖਿੜੀ ਫਿਰ ਉਹਦੀ ਛੋਟੀ ਭੈਣ ਭਰਾਵਾਂ ਉੱਤੇ ਤੇ ਫਿਰ ਉਹਦੇ ਵੱਲ ਮੁੜੀ ਬਾਪੂ ਦਾ ਉੱਠਿਆ ਹੱਥ ਉਹਨੇ ਜ਼ੋਰ ਨਾਲ ਫੜ ਲਿਆ ਤੇ ਫਿਰ ਉਹਨੂੰ ਝਟਕਦਿਆਂ ਘਰੋਂ ਨਿਕਲ ਗਿਆ ਕਈ ਦਿਨ ਸਾਰੇ ਹੀ ਸੋਚਦੇ ਰਹੇ ਵੀ ਰਾਮਾ ਬੰਬਈ ਤੋੜ ਗਿਆ ਫਿਰ ਇੱਕ ਦਿਨ ਉਹਨਾਂ ਦੇ ਘਰ ਬਿਹਾਰ ਚ ਰਹਿੰਦੇ ਰਾਮੇ ਦੀ ਭੂਆ ਦੇ ਮੁੰਡੇ ਦਾ ਖੱਤਾ ਆ ਉਹਨੇ ਲਿਖਿਆ ਸੀ ਰਾਮਾ ਉਸ ਕੋਲ ਸਹੀ ਸਲਾਮਤ ਪੁੱਜ ਗਿਆ ਸਭ ਨੇ ਸੁਖ ਦਾ ਸਾਹ ਲਿਆ ਉਹਦੀ ਮਾਂ ਨੇ ਖੱਤ ਖੁਸ਼ਵੰਤ ਤੇ ਸਤਪਾਲ ਨੂੰ ਪੜਨ ਲਈ ਦਿੱਤਾ ਉਦੋਂ ਉਹਨਾਂ ਦੇ 10ਵੀਂ ਦੇ ਇਮਤਿਹਾਨਾਂ ਚ ਕੁਝ ਹਫ਼ਤੇ ਹੀ ਰਹਿੰਦੇ ਸੀ ਨੀਲਾ ਤਾਰਾ ਚੜ ਚੁੱਕਾ ਸੀ ਤੇ ਮੁਲਕ ਦੀ ਰਾਜਧਾਨੀ ਚ ਕਿੰਨੇ ਪੱਗਾਂ ਵਾਲਿਆਂ ਦਾ ਕਤਲੇਆਮ ਕੀਤਾ ਜਾ ਚੁੱਕਾ ਸੀ ਇਸੇ ਲਈ ਆਲੇ-ਦੁਆਲੇ ਖੌਫ ਸੀ ਸਕੂਲ ਵਿੱਚ ਤੇ ਪਿੰਡ ਦੀਆਂ ਸੱਥਾਂ ਵਿੱਚ ਕੁਝ ਸੰਤਾਂ ਦਾ ਜ਼ਿਕਰ ਸੀ ਕੋਈ ਸੰਤਾਂ ਦੇ ਹੱਕ 'ਚ ਬੋਲਦਾ ਕੋਈ ਵਿਰੋਧ ਵਿੱਚ ਕੋਈ ਆਖਦਾ ਕਿ ਸੰਤ ਸ਼ਹੀਦ ਹੋ ਗਏ ਐ ਤੇ ਪਰ ਕੋਈ ਹੋਰ ਹੀ ਗੱਲ ਮੰਨਣ ਨੂੰ ਤਿਆਰ ਨਾ ਹੁੰਦਾ ਉਹਨੂੰ ਖਬਰ ਹੁੰਦੀ ਕਿ ਸੰਤ ਸਹੀ ਸਲਾਮਤ ਪਾਕਿਸਤਾਨ ਪਹੁੰਚ ਚੁੱਕੇ ਐ ਇੱਕ ਗੱਲ ਸੀ ਕਿ ਅਜੇ ਸਾਰੇ ਬੋਲਦੇ ਸਨ ਉਹਨਾਂ ਨੇ ਅਜੇ ਚੁੱਪ ਰਹਿਣਾ ਨਹੀਂ ਸੀ ਸਿੱਖਿਆ ਸਕੂਲ 'ਚ ਖੁਸ਼ਵੰਤ ਗੁਰਨਾਮ ਮਾਸਟਰ ਤੇ ਸ਼ਹਿਰੋਂ ਆਉਂਦੇ ਸਾਇੰਸ ਮਾਸਟਰਾਂ ਨੂੰ ਬੈਸਥ ਦੇ ਸੁਣਦਾ ਸੱਤ ਵਿੱਚ ਤੇ ਮੋੜਾਂ ਉੱਤੇ ਦਿਆਲਾ ਉੱਚੀ ਉੱਚੀ ਬੋਲਦਾ ਇੱਥੋਂ ਤੱਕ ਕਿ ਉਹਨਾਂ ਦੀ ਜਮਾਤ ਵਿੱਚ ਵੀ ਮੁੰਡੇ ਆਪਸ ਵਿੱਚ ਖੇਬੜਦੇ ਸਾਰਿਆਂ ਕੋਲ ਆਪੋ ਆਪਣੀਆਂ ਕੱਚੀਆਂ ਪਿੱਲੀਆਂ ਦਲੀਲਾਂ ਹੁੰਦੀਆਂ ਉਹਨਾਂ ਦੀ ਕੱਚੀ ਪਿੱਲੀ ਸਮਝ ਵਰਗੀਆਂ ਨੀਲਾ ਤਾਰਾ ਦੌਰਾਨ ਚੋਰ ਹੋਰ ਅਫਵਾਹਾਂ ਦੇ ਨਾਲ ਨਾਲ ਸੰਤਾਂ ਤੇ ਖਾਸ ਤੌਰ ਤੇ ਕਰਤਾਰੇ ਪਾਲੇ ਤੇ ਪਿੰਕੀ ਬਾਰੇ ਵੀ ਅਵਾਈਆਂ ਪਿੰਡ 'ਚ ਫੈਲੀਆਂ ਖੁਸ਼ਵੰਤ ਤੇ ਸਤਪਾਲ ਨੂੰ ਇਹਨਾਂ ਨਾਲੋਂ ਵੱਧ ਰਾਮੇ ਦੀ ਚਿੰਤਾ ਹੁੰਦੀ। ਉਹ ਨੀਲੇ ਤਾਰੇ ਤੋਂ ਕੁਝ ਦਿਨ ਪਹਿਲਾਂ ਹੀ ਘਰੋਂ ਦੌੜਿਆ ਸੀ ਤੇ ਜੇ ਉਹ ਨਾ ਮੁੜਿਆ ਤਾਂ ਉਹਦਾ ਸਾਲ ਖਰਾਬ ਹੋ ਜਾਣਾ ਸੀ। ਇਹ ਸਾਲ ਸੀ ਵੀ ਕੀਮਤੀ 10ਵੀਂ ਜਮਾਤ ਵਾਲਾ। ਕਿੰਨੇ ਮੁੰਡਿਆਂ ਕੁੜੀਆਂ ਲਈ ਇਹ ਪਾਖੜੇ ਦਾ ਬੰਨ ਸਿੱਧ ਹੁੰਦਾ ਸੀ। ਉਹਨਾਂ ਦੇ ਸਾਰੇ ਵਹਿੰਦੇ ਪਾਣੀ ਇਹ ਬੰਨ ਰੋਕ ਲੈਂਦਾ। 10ਵੀਂ ਫੇਲ ਕੁੜੀ ਕੋਲੋਂ ਡਿੱਕਣ ਲਈ ਸਿਰਫ ਲਾਵਾ ਬਚਦੀਆਂ ਜਦਕਿ ਮੁੰਡੇ ਸਾਰੀ ਉਮਰ ਹੱਡ ਰੋਲਣ ਜੋਗੇ ਰਹਿ ਜਾਂਦੇ। 10ਵੀਂ ਪਾਸ ਹੁੰਦੀ ਤਾਂਗੇ ਤਾਂ ਉਡਣ ਲਈ ਕੋਈ ਸੁਪਨਾ ਕੋਲ ਆ ਜਾਂਦਾ। ਰਾਮੇ ਦਾ ਬਾਪੂ ਆਪਣੀ ਚੜਦੀ ਉਮਰੇ ਇਲਾਕੇ ਦੇ ਐਮਐਲਏ ਦੀ ਮਿਹਰਬਾਨੀ ਨਾਲ ਅਰਧ ਸਰਕਾਰੀ ਨੌਕਰੀ ਤੇ ਜਾ ਲੱਗਾ ਸੀ ਇਲਾਕੇ ਦੇ ਇਸ ਲੀਡਰ ਨੇ ਅੰਗਰੇਜ਼ਾਂ ਦੀ ਜੇਲ੍ਹ ਕੱਟੀ ਹੋਈ ਸੀ ਇਸ ਲਈ ਅਜੇ ਉਹ ਉਹਨਾਂ ਲੀਡਰਾਂ ਵਰਗਾ ਨਹੀਂ ਸੀ ਜਿਨ੍ਹਾਂ ਨੇ ਕੁਝ ਵਰਿਆਂ ਬਾਅਦ ਲੋਕਾਂ ਦੀਆਂ ਜੇਬਾਂ ਕਟਣੀਆਂ ਸ਼ੁਰੂ ਕਰਨੀਆਂ ਸਨ ਉਹਦੀਆਂ ਪਾਸ ਕੀਤੀਆਂ ਪੰਜ ਜਮਾਤਾਂ ਚਪੜਾਸੀ ਲੱਗਣ ਦੇ ਕੰਮ ਆ ਗਈਆਂ ਸੀ ਹੁਣ ਰਾਮਾ ਇਸ ਤੋਂ ਅੱਗੇ ਉੱਡ ਸਕਦਾ ਸੀ ਪੜਨ ਨੂੰ ਔਰ ਚੰਗਾ ਸੀ ਸ਼ਾਇਦ ਇਸੇ ਲਈ ਉਸ ਦਿਨ ਚਮਤਕਾਰ ਹੋ ਸਕਿਆ ਸੀ ਤੇ ਉਹ ਗੁਰਨਾਮ ਮਾਸਟਰ ਦੇ ਖਸੂਨ ਜਾਂ ਚਪੇੜ ਤੋਂ ਬਚ ਗਿਆ ਸੀ ਇੱਕ ਹੋਰ ਚਮਤਕਾਰ ਹੋਇਆ ਤੇ ਇਮਤਿਹਾਨ ਤੋਂ ਕੁਝ ਦਿਨ ਪਹਿਲਾਂ ਰਾਮਾ ਪ੍ਰਗਟ ਹੋ ਗਿਆ ਬਿਹਾਰ ਵਾਲਾ ਰਿਸ਼ਤੇਦਾਰ ਨੂੰ ਛੱਡਣਾ ਪਾਇਆ ਅਗਲੇ ਦਿਨ ਰਾਮੇ ਦਾ ਬਾਪੂ ਰਾਮੇ ਨੂੰ ਲੈ ਕੇ ਸਕੂਲ ਪਹੁੰਚ ਗਿਆ ਪਤਾ ਨਹੀਂ ਉਹਦਾ ਨਾਂ ਕਟਿਆ ਗਿਆ ਸੀ ਜਾਂ ਨਹੀਂ ਪਰ ਬਾਪੂ ਦੇ ਜੁੜੇ ਹੱਥਾਂ ਨੇ ਰਾਮੇ ਨੂੰ ਇਮਤਿਹਾਨ 'ਚ ਬੱਟਣ ਜੋਗਾ ਕਰ ਦਿੱਤਾ ਸਕੂਲ ਦਾ ਹੈਡਮਾਸਟਰ ਬਾਪੂ ਤੇ RAME ਦੇ ਵਰਨ ਵਾਲਾ ਨਹੀਂ ਸੀ ਫਿਰ ਵੀ ਉਹਨੇ ਹਮਦਰਦੀ ਦਿਖਾਈ ਕਿਸੇ ਮਾਸਟਰ ਭੈਣ ਜੀ ਨੂੰ ਉਜਰ ਨਹੀਂ ਸੀ ਕਿਉਂਕਿ ਸਭ ਨੂੰ ਪਤਾ ਸੀ RAME ਨੇ ਪਾਸ ਹੋ ਹੀ ਜਾਣਾ RAMA ਪਹਿਲਾਂ ਨਾਲ ਉੱਠ ਹੈ ਰਾਤ ਚ ਜਾਪਦਾ ਸੀ ਖੁਸ਼ਵੰਤ ਤੇ ਸਤਪਾਲ ਵੱਲ ਦੇਖ ਕੇ ਉਹ ਮੁਸਕਰਾਇਆ ਪਰ ਕੋਈ ਕਹਾਣੀ ਨਾ ਸੁਣਾਈ ਬਸ ਹੌਲੀ ਜੀ ਖੁਸ਼ਵੰਤ ਦੇ ਕੰਨਾਂ 'ਚ ਬੋਲਿਆ ਯਾਰ ਕਾਪੀਆਂ ਦੇਦੀ ਮੈਨੂੰ ਤੇ ਤਿੰਨੋ ਆਪਣੇ ਆਪੇ ਆਪਣੀਆਂ ਪਾਣੀਆਂ ਸਮੇਤ ਭਾਖੜਾ ਮੰਨ ਤੋਂ ਪਾਰ ਹੋ ਗਏ ਰਾਮਾ ਪੇਪਰਾਂ ਤੋਂ ਬਾਅਦ ਫਿਰ ਬਿਹਾਰ ਦੌੜ ਗਿਆ ਕਹਿੰਦਾ ਮੈਂ ਆਪਣੀ ਪੜ੍ਹਾਈ ਉੱਥੇ ਹੀ ਕਰਾਂਗਾ ਸੱਚੀ ਇਹ ਤੋਂ ਬਾਅਦ ਉਹਨੇ ਵਿਆਹ ਸਮੇਤ ਜੋ ਵੀ ਕੀਤਾ ਉੱਥੇ ਕੀਤਾ ਸਤਪਾਲ ਨੇ ਇੱਕ ਵਾਰ ਖੁਸ਼ਵੰਤ ਨੂੰ ਦੱਸਿਆ ਸੀ ਕਿ ਹੁਣ ਉਹਦਾ ਟਾਟਾ ਨਗਰ 'ਚ ਲਾਟਰੀ ਦੀਆਂ ਟਿਕਟਾਂ ਵੇਚਣ ਦਾ ਕੰਮ ਹੈ ਪੇਪਰਾਂ ਤੋਂ ਬਾਅਦ ਦੀਆਂ ਛੁੱਟੀਆਂ 'ਚ ਰਾਮੇ ਦੀ ਗੈਰ ਹਾਜ਼ਰੀ 'ਚ ਨਿੱਕਾ ਉਹਨਾਂ ਦਾ ਨਵਾਂ ਯਾਰ ਬਣਿਆ ਉਹਨਾਂ ਨਾਲ ਪੜਦਾ ਨਿੱਕਾ ਪਿਆਰੇ ਹਲਵਾਈ ਦਾ ਸਭ ਤੋਂ ਵੱਡਾ ਮੁੰਡਾ ਸੀ ਆਪਣੀ ਉਮਰ ਨਾਲੋਂ ਛੋਟੇ ਕੱਦ ਕਰਕੇ ਘਰਦਿਆਂ ਨਹੀਂ ਉਹਦਾ ਨਾਂ ਨਿੱਕਾ ਪਾਤਾ ਸੀ ਜਮਾਤ ਚ ਉਹਨਾਂ ਦਾ ਆਪਸ ਚ ਬਹੁਤਾ ਵਾਹ ਨਹੀਂ ਸੀ ਪਰ ਛੁੱਟੀਆਂ ਦੀ ਵੇਲ ਚ ਉਹਦੇ ਕੋਲ ਦੁਕਾਨ ਤੇ ਜਾ ਬੰਦੇ ਖਾਸ ਕਰ ਜਦੋਂ ਪਿਆਰਾ ਹਲਵਾਈ ਦੁਕਾਨ ਤੇ ਨਾ ਹੁੰਦਾ ਇਸ ਲਮੋਤਰੀ ਦੁਕਾਨ ਦੇ ਦੋ ਹਿੱਸੇ ਸੀ ਸੜਕ ਵੱਲ ਦੁਕਾਨ ਤੋਂ ਬਾਹਰ ਕੱਢ ਕੇ ਮਠਿਆਈਆਂ ਮਟਰ ਤੇ ਪਕੌੜੇ ਸਜਾਏ ਹੁੰਦੇ ਉਂਝ ਮਠਿਆਈਆਂ ਦੇ ਨਾਂ ਉੱਤੇ ਬਰਫੀ ਤੇ ਵੇਸਣ ਹੀ ਹੁੰਦੇ ਖੁਸ਼ਵੰਤ ਅਜੇ ਵੀ ਦੁਕਾਨ ਚ ਵੜਦਿਆਂ ਲਲਚਾਈਆਂ ਨਜ਼ਰਾਂ ਨਾਲ ਬਰਫੀ ਵੱਲ ਤੱਕਦਾ ਪਰ ਨਿੱਕੇ ਨੇ ਕਦੇ ਮੁਫਤ ਚ ਉਹਨਾਂ ਨੂੰ ਬਰਫੀ ਦੀ ਸੁਲਾ ਨਹੀਂ ਸੀ ਮਾਰੀ ਉਹ ਦੁਕਾਨ ਦੇ ਉਸ ਪਿਛਲੇ ਕਮਰੇ 'ਚ ਜਾ ਬੈਠਦੇ ਜੋ ਪਿੱਛੇ ਖੇਤਾਂ ਵੱਲ ਖੁੱਲਦਾ ਸੀ ਉਦੋਂ ਅਜੇ ਇਸ ਧਰਤੀ ਉੱਤੇ ਬੰਦਿਆਂ ਨਾਲ ਚਿੜੀਆਂ ਵੀ ਵਸਤੀਆਂ ਸਨ ਉਹ ਇਸ ਕਮਰੇ 'ਚ ਬੈਠੇ ਚਿੜੀਆਂ ਦੀਆਂ ਖੇਡਾਂ ਤੱਕਦੇ ਤੇ ਆਪੋ ਵਿੱਚ ਕੁੜੀਆਂ ਦੀਆਂ ਗੱਲਾਂ ਕਰਦੇ ਬਾਹਰ ਪਿਆਰੀ ਹਲਵਾਈ ਦੇ ਆਉਣ ਦੀ ਬਿੜਕ ਨਾਲੀ ਉਹ ਬਾਹਰ ਖੇਤਾਂ ਵੱਲ ਪੱਤਰਾ ਵਾਚ ਜਾਂਦੇ ਲਾਲੀ ਬਾਰੇ ਗੱਲ ਵੀ ਸਭ ਤੋਂ ਪਹਿਲਾਂ ਚਿੜੀਆਂ ਦੀ ਹਾਜ਼ਰੀ ਤੇ ਪਿਆਰੀ ਹਲਵਾਈ ਦੀ ਗੈਰ ਹਾਜ਼ਰੀ ਚ ਛੜੀ ਸੀ 10ਵੀਂ ਦੇ ਨਤੀਜੇ ਤੋਂ ਬਾਅਦ ਖੁਸ਼ਵੰਤ ਤੇ ਸਤਪਾਲ ਸ਼ਹਿਰ ਦੇ ਸਰਕਾਰੀ ਕਾਲਜ ਚ ਜਾ ਲਗੇ ਸਭ ਤੋਂ ਬੁਰੀ ਨਿੱਕੇ ਨਾਲ ਹੋਈ ਉਹਦੇ ਹਲਵਾਈ ਬਾਪੂ ਨੇ ਉਹਨੂੰ ਅੱਗੋਂ ਪੜਾਉਣ ਤੋਂ ਨਾ ਕਰਤੀ ਉਹਦੀ 10ਵੀਂ ਪਾਸ ਵੀ ਉਹਦੇ ਕਿਸੇ ਕੰਮ ਨਾ ਆ ਸਕੇ ਨਿੱਕੇ ਦਾ ਬਾਪੂ ਪਿਆਰਾ ਹਲਵਾਈ ਆਪਣੇ ਟੱਬਰ ਦਾ ਅਸਲ ਅਰਥਾਂ 'ਚ ਮੁਖੀਆ ਸੀ ਕਿਸੇ ਦੀ ਮਜਾਲ ਨਹੀਂ ਸੀ ਕਿ ਉਹਦੇ ਅੱਗੇ ਕੁਸਕ ਸਕਦਾ ਓਏ ਇਹ ਜੱਟਾਂ ਕਾਰੀਗਰਾਂ ਨੇ ਤਾਂ ਆਪਣੀ ਔਲਾਦ ਵਿਗਾੜੀ ਹੁੰਦੀ ਐ ਐਵੇਂ ਪੁੱਛ ਪੁੱਛ ਕਰਦੇ ਰਹਿੰਦੇ ਆ ਸਾਡੇ ਖੱਤਰੀਆਂ ਦੇ ਮੁੰਡੇ ਰਹਿੰਦੇ ਆ ਤੱਕਲੇ ਵਾਂਗ ਸਿੱਧੇ ਉਹ ਆਪਣੀ ਮਹਿੰਦੀਆਂ ਉਹ ਆਪਣੀਆਂ ਮਹਿੰਦੀਆਂ ਲੱਗੀਆਂ ਮਹਿੰਦੀ ਲੱਗੀਆਂ ਮੁੱਛਾਂ ਨੂੰ ਤਾ ਦਿੰਦੇ ਆ ਦੁਕਾਨ ਤੇ ਚਾਹ ਪੀਣ ਆਏ ਜਾਣੂ ਗਾਖ ਦੀ ਕਿਸੇ ਗੱਲ ਉੱਤੇ ਆਖਦਾ ਸੱਚ ਮੁੱਛੋ ਨੇ ਆਪਣੇ ਜਵਾਕਾਂ ਨੂੰ ਹਮੇਸ਼ਾ ਤੱਕਲੇ ਵਾਂਗ ਸਿੱਧੇ ਰੱਖਿਆ ਸੀ ਨਾਜਾਇਜ਼ ਤਾਂ ਕੀ ਉਹਨੇ ਕਦੇ ਉਹਨਾਂ ਦੀ ਜਾਇਜ਼ ਮੰਗ ਵੀ ਪੂਰੀ ਨਹੀਂ ਸੀ ਕੀਤੀ ਉਸ ਕੋਲੋਂ ਮੰਗ ਕੇ ਕੁਝ ਨਹੀਂ ਸੀ ਲਿਆ ਜਾ ਸਕਦਾ ਸਿਰਫ ਉਹਦੀ ਮਿਹਰਬਾਨੀ ਹੌਣ ਦਾ ਇੰਤਜ਼ਾਰ ਹੀ ਕੀਤਾ ਜਾ ਸਕਦਾ ਸੀ ਸਿਰਫ ਉਹਦੀ ਪਿਓ ਦੀ ਛੇਤੀ ਮਰਗ ਪਿੱਛੋਂ ਉਹਦੇ ਦੋ ਛੋਟੇ ਭਰਾ ਵੀ ਉਹਦੀ ਦੇਖ ਰੇਖੇਟ ਭਲੇ ਸਨ ਦੋਹਾਂ ਨੂੰ ਹਲਵਾਈ ਦਾ ਕੰਮ ਉਹਨੇ ਸਿਖਾਇਆ ਸੀ ਫਿਰ ਦੋਹਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤੇ ਵਿਆਹ ਤੋਂ ਪਹਿਲਾਂ ਕਿਸੇ ਨੂੰ ਆਪਣੀ ਹੋਣ ਵਾਲੀ ਵੋਟੀ ਦਾ ਮੂੰਹ ਵੀ ਦੇਖਣ ਦੀ ਆਗਿਆ ਨਾ ਦਿੱਤੀ ਸਭ ਤੋਂ ਛੋਟੇ ਮੱਦੀ ਦੀ ਵੋਟੀ ਕੁਝ ਤੇਜ਼ ਸੀ ਉਹਦੇ ਅਸਰ ਹੇਠ ਉਹ ਦੁਬਈ ਜਾਣ ਦੀ ਜ਼ਿੱਦ ਕਰ ਬੈਠਾ ਪਿਆਰੇ ਨੇ ਸਿਰਫ ਇੱਕ ਵਾਰ ਨਾ ਕੀਤੀ ਮਦੀਨਾ ਮੰਨਿਆ ਤਾਂ ਉਹਨੂੰ ਲੈ ਕੇ ਸ਼ਹਿਰ 에ਜੰਟ ਦੇ ਦਫ਼ਤਰ ਜਾ ਵੜਿਆ 에ਜੰਟ ਨੂੰ ਪੈਸੇ ਫੜਾਏ ਤੇ ਗੱਲ ਪੱਕੀ ਕਰ ਲਈ ਮਦੀ ਦੁਬਈ ਚਲਾ ਗਿਆ 6 ਕੁ ਮਹੀਨੇ ਬਾਅਦ ਹੀ ਮੁੜ ਆਇਆ ਉਹਨੂੰ ਉੱਥੋਂ ਦੀ ਹਵਾ ਮਾਫਕ ਨਹੀਂ ਸੀ ਆਈ ਜਾਂ ਸ਼ਾਇਦ ਗੋਲਮਟੋਲ ਘਰ ਵਾਲੀ ਦੀ ਯਾਦ ਨੇ ਦਿਲ ਨਹੀਂ ਸੀ ਲੱਗਣ ਦਿੱਤਾ ਪਿਆਰੇ ਨੇ ਨਾ ਉਹਨੂੰ ਘਰ ਚ ਵੜਨ ਦਿੱਤਾ ਨਾ ਦੁਕਾਨ ਚ ਅਗਲੇ ਹੀ ਦਿਨ ਉਹਦਾ ਭਾਂਡਾ ਢਿੰਡਾ ਵੱਖਰਾ ਕਰਤਾ ਉਹਨੇ ਬੜੀ ਮੁਸ਼ਕਿਲ ਨਾਲ ਸਹਾਰਿਆਂ ਦੀ ਮਦਦ ਲੈ ਕੇ ਗਵਾਂਢੀ ਪਿੰਡ ਦੇ ਅੱਡੇ ਉੱਤੇ ਆਪਣੀ ਨਵੀਂ ਦੁਕਾਨ ਪਾਈ ਪਿਆਰਾ ਅੱਜ ਵੀ ਮੱਦੀ ਨਾਲ ਕਲਾਮ ਨਹੀਂ ਕਰਦਾ ਨਿੱਕਾ ਆਪਣੇ ਪਿਓ ਨੂੰ ਜਾਣਦਾ ਸੀ ਇਸੇ ਲਈ ਉਹਨੇ ਜ਼ਿੱਦ ਦਾ ਰਾਹ ਨਾ ਫੜਿਆ ਤੇ ਚੁੱਪਚਾਪ ਬਾਪੂ ਵੱਲੋਂ ਉਸ ਲਈ ਨਵੇਂ ਕਿਰਾਏ ਤੇ ਲਈ ਦੁਕਾਨ ਉੱਤੇ ਬੈਠ ਗਿਆ ਉਹਨਾਂ ਦੇ ਪਿੰਡ ਦਾ adda ਪਹਿਲਾਂ ਨਾਲੋਂ ਵੱਡਾ ਹੋ ਰਿਹਾ ਸੀ ਤੇ ਹੁਣ ਪਹਿਲਾਂ ਨਾਲੋਂ ਵੱਧ ਲੋਕ ਸ਼ਹਿਰ ਜਾਂਦੇ ਸੀ ਇਹ ਪਿੰਡ ਉਸ ਸ਼ਹਿਰੋਂ ਆਉਣ ਵਾਲੀ ਬਸ ਦਾ ਆਖਰੀ ਏਡਾ ਸੀ ਬੱਸਾਂ ਦੇ ਗਿਣਵੇਂ ਟਾਈਮ ਟੈਮ ਸਵੇਰੇ ਨੱਕੋ ਨੱਕ ਭਰੇ ਜਾਂਦੇ ਤੇ ਸ਼ਾਮ ਨੂੰ ਉਸੇ ਤਰ੍ਹਾਂ ਭਰੇ ਆਉਂਦੇ ਅਕਸਰ ਲੋਕ ਬਾਰੀਆਂ ਨਾਲ ਲਟਕੇ ਹੁੰਦੇ ਜਾਂ ਛੱਤਾਂ ਤੇ ਚੜ੍ਹੇ ਹੁੰਦੇ ਜੇ ਕਿਸੇ ਦੀ ਪੱਗ ਕਿਸੇ ਰੁੱਖ ਦੀ ਟਾਣੀ 'ਚ ਫਸ ਕੇ ਉਤਰ ਜਾਂਦੀ ਤਾਂ ਉਹ ਨੰਗੇ ਸੇਰੀ ਹੱਥ 'ਚ ਪੱਗ ਫੜੀ ਪਿੰਡ ਦੇ ਅੱਡੇ ਉੱਤੇ ਉਤਰਦਾ ਕੰਡਕਟਰੀਆਂ ਨੂੰ ਸਵਾਰ ਕੰਡਕਟਰਾਂ ਨੂੰ ਸਵਾਰੀਆਂ ਲਈ ਆਵਾਜ਼ਾਂ ਨਹੀਂ ਸੀ ਮਾਰਨੀਆਂ ਪੈਂਦੀਆਂ ਪੀਰ ਸ਼ਾਇਨਾ ਦੀ ਮੇਰਵੜੇ ਪਿੰਡੋਂ ਪਿੰਡ ਵਿੱਚੋਂ ਹੁਣ ਕਿੰਨੇ ਹੀ ਮੁੰਡੇ ਕੁੜੀਆਂ ਸ਼ਹਿਰ ਪੜਨ ਜਾਣ ਲੱਗੇ ਸਨ ਇਸ ਨਵੀਂ نسل ਲਈ ਪਹਿਲੀ ਵਾਰ ਇੱਕ ਨਵੀਂ ਦੁਨੀਆ ਦੇ ਬੂਹੇ ਖੁੱਲ ਰਹੇ ਸਨ ਸਵੇਰ 8 ਵਾਡੀ ਬੱਸ ਉਹਨਾਂ ਦੇ ਅੱਡੇ ਤੋਂ ਹੀ ਭਰ ਜਾਂਦੀ। ਬਾਕੀ ਪਿੰਡਾਂ ਤੋਂ ਚੜਨ ਵਾਲੇ ਢਾਕੂਆਂ ਤੇ ਹੋਰ ਸਵਾਰੀਆਂ ਨੂੰ ਖੜੇ ਹੋ ਕੇ ਸਫ਼ਰ ਕਰਨਾ ਪੈਂਦਾ। ਢਾਕੂ ਮੁੰਡੇ ਕੁੜੀਆਂ ਦਾ ਧਿਆਨ ਆਪਣੀਆਂ ਕਿਤਾਬਾਂ ਨਾਲੋਂ ਵੱਧ ਕੱਪੜਿਆਂ ਤੇ ਹੁੰਦਾ। ਕਾਲਜ ਵਿੱਚੋਂ ਸ਼ਹਿਰੀ ਮੁੰਡੇ ਕੁੜੀਆਂ ਨਾਲ ਆਪਣੀ ਤੁਲਨਾ ਕਰਦੇ ਜਿਹੜੇ ਸਹਿਜ ਨਾਲ ਨਵੇਂ ਫੈਸ਼ਨ ਨਾਲ ਜੁੜੇ ਹੁੰਦੇ। ਉਹਨਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ, ਉਹਨਾਂ ਦੀ ਰੀਸ ਕਰਦੇ ਆ ਮੁੰਡੇ ਖੁੱਲੀਆਂ ਪੈਂਟਾਂ ਪਾਉਂਦੇ, ਉਹਨੂੰ ਬੈਗੀ ਆਖਦੇ। ਦੇਖ ਤੱਕ ਕਿੱਦਾਂ ਲੱਗਦਾ ਜਿਦਾਂ ਝੋਲੇ 'ਚ ਪੰਪ ਪਾਇਆ ਹੁੰਦਾ। ਕਿਸੇ ਮਾਰਚੂ ਜੇ 파ੜੇ ਵੱਲੋਂ ਖੁੱਲੀ ਪੈਂਟ ਪਾਈ ਵੇਖ ਖੋਦੇ ਕੰਡਕਟਰ ਟਿਕ ਟਕ ਘਟ ਦਾ ਮਜ਼ਾਕ ਕਰਦਾ 파ੜਿਆਂ ਨੇ ਤਾਂ ਟਿਕ ਟਕ ਲੈਣੀਆਂ ਹੀ ਨਹੀਂ ਸੀ ਹੁੰਦੀਆਂ ਉਹ ਤਾਂ ਆਪਣੇ ਪਾਸਾਂ ਅਸਰੇ ਪੜਾਈ ਲਈ ਸ਼ਹਿਰ ਜਾਂਦੇ ਸੀ ਜਿਨੇ ਝੋਲੇ ਚ ਪੰਪ ਪਾਇਆ ਹੁੰਦਾ ਉਹ ਖੋਦੇ ਕੰਡਕਟਰ ਦੀ ਕਈ ਦਾ ਗੁੱਸਾ ਨਾ ਕਰਦਾ ਕੋਈ ਵੀ ਖੋਦੇ ਕੰਡਕਟਰ ਦੀ ਕਈ ਦਾ ਗੁੱਸਾ ਨਹੀਂ ਸੀ ਕਰਦਾ ਕਿਉਂ ਇੱਥੇ ਪੈਰਾਂ ਨੂੰ ਗੁੰਦ ਲੱਗ ਗਈ ਆ ਅੱਗੇ ਕਿਉਂ ਨਹੀਂ ਹੁੰਦੇ ਸੀਟ ਉੱਤੇ ਕੁੜੀਆਂ ਬੈਠੀਆਂ ਦੇਖ ਕੇ ਉੱਥੇ ਖੜ ਗਈ ਮੁੰਡਿਆਂ ਦੀ ਟੋਲੀ ਨੂੰ ਉਹ ਝਿੜਕਦਾ ਮੁੰਡੇ ਚੁੱਪਚਾਪ ਬਸ ਦੇ ਅੰਦਰ ਵੱਲ ਖਿਸਕ ਜਾਂਦੇ ਆਪਣੀ ਪੁਰਾਣੀ ਥਾਂ ਮੱਲਣ ਵਾਲੀਆਂ ਨਵੀਆਂ ਸਵਾਰੀਆਂ ਵੱਲ ਵੀਰਖਾ ਜੀ ਨਾਲ ਝਾਕਦੇ ਉੱਥੇ ਖੜੇ ਹੋ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਕੁੜੀ ਨੂੰ ਛੂਣ ਦਾ ਮੌਕਾ ਮਿਲਣਾ ਸੀ ਤੇ ਉਹ ਮੌਕਾ ਹੁਣ ਉਹਨਾਂ ਕੋਲੋਂ ਖੋ ਲਿਆ ਗਿਆ ਸੀ ਖੁਸ਼ਵੰਤ ਤੇ ਸਤਪਾਲ ਵਰਗੇ ਬਹੁਤ ਮੁੰਡੇ ਕਦੇ-ਕਦੇ ਸਬਬੀਂ ਛੋਹ ਦੇ ਬਣੇ ਇਸ ਮੌਕੇ ਦਾ ਆਨੰਦ ਮਾਣ ਕੇ ਸਰਸ਼ਾਰ ਹੋ ਜਾਂਦੇ ਪਰ ਹਰਪਾਲ ਵਰਗੇ ਦਲੇਰ ਤੇ ਹੰਡੇ ਇਹ ਤੂ ਅੱਗੇ ਚਲੇ ਜਾਂਦੇ ਉਹ ਆਪਣੀ ਮਰਦਾਨੀ ਕਰੜਾਈ ਨੂੰ ਜਾਣਬੁੱਝ ਕੇ ਕੁੜੀਆਂ ਨਾਲ ਰਗੜਦੇ ਕੁੜੀਆਂ ਅੰਦਰੋਂ ਕੋਫਤ ਮਹਿਸੂਸ ਕਰਕੇ ਵੀ ਸਾਰਾ ਕੁਝ ਨਜ਼ਰ ਅੰਦਾਜ਼ ਕਰ ਦਿੰਦੀਆਂ। ਉਹਨਾਂ ਨੂੰ ਅਹਿਸਾਸ ਸੀ ਕਿ ਸ਼ਹਿਰ ਪੜ ਕੇ ਕੁਝ ਖੁੱਲੀ ਹਵਾ ਦਾ ਆਨੰਦ ਲੈਣਾ ਹੈ ਤਾਂ ਇਸ ਤਰ੍ਹਾਂ ਦੀ ਕੁਝ ਕੀਮਤ ਚੁਕਾਣੀ ਪੈਗੀ। ਖੁੱਲੀ ਹਵਾ 'ਚ ਫੁੱਲਾਂ ਦੀ ਸੁਗੰਧੀ ਦੇ ਨਾਲ-ਨਾਲ ਮੱਖੀਆਂ ਮੱਛਰ ਵੀ ਹੁੰਦੇ ਐ। ਆਪਣੀ ਕਰੜਾਈ ਦਾ ਜਬਰੀ ਅਹਿਸਾਸ ਕਰਵਾਉਂਦੇ ਮੁੰਡੇ ਉਸ ਉਸੇ ਕਰੜੇ ਸਮਾਜ ਦੇ ਮੱਖੀਆਂ ਮੱਛਰ ਸਨ ਜੋ ਉਹਨਾਂ ਨੂੰ ਕਦਮ-ਕਦਮ ਤੇ ਟੱਕਰਦਾ ਸੀ। ਸ਼ਹਿਰੋਂ ਢਾਈ ਵਾਲੀ ਬੱਸ ਪੌਣੇ ਕੁ ਘੰਟੇ 'ਚ ਪਿੰਡ ਪਹੁੰਚ ਜਾਂਦੀ। ਮੁੰਡੇ ਕੁੜੀਆਂ ਟੋਲੀਆਂਾਂ 'ਚ ਗਲੀਆਂ ਹਿਲਾਉਂਦੇ ਆਪੋ ਆਪਣੀਆਂ ਘਰੀਆਂ ਜਾਂ ਪਹੁੰਚਦੇ ਜਨਾਨੀਆਂ ਬੂਹੇ 'ਚ ਬੈਠ ਸ਼ਹਿਰੋਂ ਆਉਂਦੇ ਪਾੜੇ ਮੁੰਡੇ ਕੁੜੀਆਂ ਨੂੰ ਘੂਰਦੀਆਂ ਤੇ ਉਹਨਾਂ ਦੇ ਹੱਬ-ਪੱਵ 'ਚੋਂ ਉਹ ਵਰਜਿਤ ਚੀਜ਼ਾਂ ਲੱਭਣ ਦੀ ਕੋਸ਼ਿਸ਼ ਕਰਦੀਆਂ ਜੇ ਉਹ ਸ਼ਹਿਰੋਂ ਇਸ ਪਿੰਡ 'ਚ ਲਿਆਏ ਹੋਣਗੇ ਕੁੜੀਆਂ ਚੁੱਪਚਾਪ ਨੀਵੀਂ ਪਾ ਘਰੇ ਜਾਵੜਦੀਆਂ ਤੇ ਸ਼ਹਿਰ 'ਚ ਉਹਨਾਂ ਦਾ ਇਸ ਤੋਂ ਘੱਟ ਨੀਵੀਂ ਨਾਲ ਸਰ ਜਾਂਦਾ ਸੀ ਤੇ ਮੁੰਡੇ ਸਭ ਕੋ ਚੌੜੇ ਹੋ ਕੇ ਲੰਘਦੇ ਵੇਖਾਂ ਕਿਵੇਂ ਆਕੜਿਆ ਪੜੇ ਸਾਰਾ ਦਿਨ ਬਾਜ਼ਾਰਾਂ 'ਚ ਗੇੜੀਆਂ ਲਾ ਆ ਜਾਂਦੇ ਆ ਤਕਾਲਾਂ ਨੂੰ ਪਾੜਿਆਂ ਦੀ ਪਿੱਠ 'ਚ ਕਿਸੇ ਸੰਕੀ ਬੁੜੇ ਦੀ ਟਕੋਰ ਵੱਜਦੀ ਜੋ ਆਪ ਕਦੇ ਸਕੂਲ ਨਾ ਗਿਆ ਹੁੰਦਾ ਖੁਸ਼ਵੰਤ ਨੂੰ ਵੀ ਪੜਾਖਵਾ ਕੇ ਖੁਸ਼ੀ ਹੁੰਦੀ ਇਹ ਵੀ ਜਿਵੇਂ ਕੋਈ ਡਿਗਰੀ ਸੀ ਜੋ ਸਿਰਫ ਕਾਲਜ 'ਚ ਦਾਖਲਾ ਲੈਣ ਨਾਲ ਹੀ ਮਿਲ ਜਾਂਦੀ ਸੀ ਅਨਪੜ ਟੱਬਰਾਂ ਦੇ ਘਰ ਤਾਂ ਸ਼ਹਿਰ ਜਾਣ ਵਾਲੇ ਛੋਟੇ ਹੀ ਵੱਡੇ ਬਣ ਜਾਂਦੇ ਸੀ ਜਿਵੇਂ ਹਰਪਾਲ ਸੀ ਖੁਸ਼ਵੰਤ ਨਾਲ ਵੱਡਾ ਹੋਇਆ ਸੀ ਨਾ ਛੋਟਾ ਪਾਪੇ ਨੇ ਉਹਨੂੰ ਉੱਥੇ ਹੀ ਰਹਿਣ ਤਾਂ ਸੀ ਜਿੱਥੇ ਉਹ ਸੀ ਇਸ ਧਰਤੀ ਦੇ ਘਰਾਂ ਅੰਦਰ ਪਾਪੇ ਜਾਂ ਪਿਓ ਹੀ ਪੁੱਤਾਂ ਦੀ ਕਿਸਮਤ ਤੈਅ ਕਰਦੇ ਆ ਆਪਣੇ ਪਿਓ ਦੇ ਕਰੜੇ ਸੁਭਾਅ ਦੀ ਬਲੀ ਚੜੇ ਨਿੱਕੇ ਨੇ ਆਪਣੀ ਦੁਕਾਨ ਉੱਤੇ ਕੜਾਹੀ ਚ ਖੁਰਪੀ ਮਾਰਨੀ ਸ਼ੁਰੂ ਕਰ ਦਿੱਤੀ ਸੀ ਉਹ ਖੁਆ ਮਾਰਦਾ ਤੇ ਬਰਫੀ ਵੇਸਣ ਬਣਾਉਂਦਾ ਕਦੇ ਮਟਰੀ ਬਣਾਉਂਦਾ ਕਦੇ ਪਕੌੜੇ ਤਲਦਾ ਜਮਾਤ ਚ ਜਮਾਤਣਾ ਤੇ ਖਾਸ ਕਰ ਮੋਚੀਆਂ ਦੀ ਲਾਲੀ ਨੂੰ ਪ੍ਰਭਾਵਿਤ ਕਰਨ ਲਈ ਯਾਦ ਕੀਤੀਆਂ ਤੇ ਉੱਚੀ ਉੱਚੀ ਸੁਣਾਈਆਂ हिसाब ਦੀਆਂ ਸਮੀਕਰਨਾ ਪਤਾ ਨਹੀਂ ਕਦੋਂ ਕੜਾਹੀ ਦੇ ਤੱਤੇ ਤੇਲ ਚ ਤਲੀਆਂ ਗਈਆਂ ਸਨ। ਛੁੱਟੀ ਵਾਲੇ ਦਿਨ ਜਾਂ ਕਦੇ-ਕਦੇ ਕੰਮ ਵਾਲੇ ਦਿਨ ਵੀ ਖੁਸ਼ਵੰਤ ਤੇ ਸਤਪਾਲ ਉਹਦੇ ਕੋਲ ਦੁਕਾਨ ਤੇ ਜਾ ਬੈਠਦੇ। ਪਿਆਰੇ ਨੂੰ ਆਪਣੇ ਪੁੱਤਰ ਦੀ ਦੁਕਾਨ ਉੱਤੇ ਵੀ ਕਿਸੇ ਦਾ ਐਵੇਂ ਬੈਠੇ ਰਹਿਣਾ ਪਸੰਦ ਨਹੀਂ ਸੀ। ਉਹ ਆਪਣੀ ਦੁਕਾਨ ਉੱਤੇ ਬੈਠਾ ਵੀ ਉਹਦੇ ਤੇ ਨਜ਼ਰ ਰੱਖਦਾ। ਇਸ ਲਈ ਹੁਣ ਵੀ ਉਹ ਉਦੋਂ ਮਿਲਦੇ ਜਦੋਂ ਪਿਆਰਾ ਅੱਡੇ ਉੱਤੇ ਆਪਣੀ ਦੁਕਾਨ ਤੇ ਨਾ ਹੁੰਦਾ। ਉਹ ਅਕਸਰ ਰਾਮੇ ਬਾਰੇ ਗੱਲਾਂ ਕਰਦੇ। ਬਿਹਾਰ ਪ੍ਰਤੀ ਉਹਦੀ ਖਿੱਚ ਨੂੰ ਬਿਹਾਰ ਚ ਰਣਦੀਪ ਭਾਬੀ ਦੀ ਖੇਚ ਨਾਲ ਜੋੜਦੇ ਹੁਣ ਉਹ ਕੁੜੀਆਂ ਬਾਰੇ ਵੀ ਗੱਲਾਂ ਕਰ ਲੈਂਦੇ ਸੀ ਖੁਸ਼ਵੰਤ ਤੇ ਸਤਪਾਲ ਉਹਨੂੰ ਆਪਣੇ ਨਾਲ ਪੜ੍ਹਦੀਆਂ ਸ਼ਹਿਰੀ ਤੇ ਪਿੰਡਾਂ ਦੀਆਂ ਕੁੜੀਆਂ ਬਾਰੇ ਦੱਸਦੇ ਇਹਨਾਂ ਕੁੜੀਆਂ ਬਾਰੇ ਜਿਨ੍ਹਾਂ ਨੂੰ ਸਿਰਫ ਦੂਰੋਂ ਤੱਕਿਆ ਜਾ ਸਕਦਾ ਸੀ ਉਹਨਾਂ ਪਿੱਛੇ ਗੀੜੀਆਂ ਲਾਈਆਂ ਜਾ ਸਕਦੀਆਂ ਸੀ ਪਰ ਬੁਲਾਇਆ ਨਹੀਂ ਸੀ ਜਾ ਸਕਦਾ ਮੁੰਡੇ ਤੇ ਕੁੜੀਆਂ ਦੋਵੇਂ ਉਸ ਸਮਾਜਿਕ ਨਿਯਮ ਦੀ ਜਕੜ 'ਚ ਸਨ ਜਿਸ ਅਨੁਸਾਰ ਉਹਨਾਂ ਦੀ ਆਪਸ 'ਚ ਸਧਾਰਨ ਗੱਲਬਾਤ ਵੀ ਅਨੈਤਿਕ ਕਮਾਂ ਚਾਉਂਦੀ ਸੀ ਏ ਨਹੀਂ ਕਿ ਮੁੰਡੇ ਤੇ ਕੁੜੀਆਂ ਇਸ ਜਕੜ ਨੂੰ ਤੋੜਦੇ ਨਹੀਂ ਸੀ ਚੋਰੀ ਛੁਪੇ ਸਭ ਨਾਮ ਟੁੱਟਦੇ ਸੀ ਪਰ ਇਸ ਪੜਾ ਤੱਕ ਪਹੁੰਚਣ ਲਈ ਜਿਸ ਸਾਹਸ ਤੇ ਹੌਸਲੇ ਦੀ ਲੋੜ ਹੁੰਦੀ ਸੀ ਉਹ ਅਜੇ ਖੁਸ਼ਵੰਤ ਤੇ ਸਤਪਾਲ ਕੋਲ ਨਹੀਂ ਸੀ ਅਜੇ ਉਹ ਆਪਣੇ ਕਸਮੈਲੇ ਕੱਪੜਿਆਂ ਵਿੱਚ ਹੋਰਾਂ ਦੇ ਮੁਕਾਬਲੇ ਆਪਣੇ ਆਪ ਨੂੰ ਹੀਣੇ ਹੀਣੇ ਮਹਿਸੂਸ ਕਰਦੇ ਸਨ ਹਰਪਾਲ ਵਰਗਿਆਂ ਦੀਆਂ ਕਰੀਜ਼ਾਂ ਬੰਨੀਆਂ ਪੈਂਟਾਂ ਕਮੀਜ਼ਾਂ ਵੱਲ ਵੇਖ ਕੇ ਉਹ ਅੱਧੇ ਰਹਿ ਜਾਂਦੇ ਸੀ ਕਿੰਨੇ ਵਰਿਆਂ ਬਾਅਦ ਖੁਸ਼ਵੰਤ ਤੇ ਕਵਿਤਾ ਨੇ ਵੀ ਇਹ ਨੀਮ ਢੋੜੇ ਸਨ ਉਦੋਂ ਤੱਕ ਖੁਸ਼ਵੰਤ ਆਪਣੀ ਪਿੰਡੂ ਹੀਣਤਾ ਤੋਂ ਛੁਟਕਾਰਾ ਪਾ ਚੁੱਕਾ ਸੀ ਨਿੱਕਾ ਉਹਨਾਂ ਦੀਆਂ ਗੱਲਾਂ ਸੁਣਦਾ ਉਹਨਾਂ ਨਾਲ ਸ਼ਹਿਰ ਜਾ ਪਹੁੰਚਦਾ ਪਰ ਛੇਤੀ ਉਹਨੂੰ ਮਹਿਸੂਸ ਹੁੰਦਾ ਕਿ ਖੁਸ਼ਵੰਤ ਤੇ ਸਤਪਾਲ ਦੀ ਇਹ ਦੁਨੀਆ ਉਹਦੀ ਦੁਨੀਆ ਨਹੀਂ ਹੈ ਉਹ ਆਪਣੀ ਦੁਨੀਆ ਬਾਰੇ ਗੱਲਾਂ ਕਰਨਾ ਚਾਹੁੰਦਾ ਇਸੇ ਲਈ ਤਾਂ ਉਦੋਂ ਲਾਲੀ ਦੀ ਗੱਲ ਛਿੜ ਗਈ ਸੀ ਜਦੋਂ ਚਿੜੀਆਂ ਚੀਂ-ਚੀਂ ਕਰ ਰਹੀਆਂ ਸਨ ਉਹ ਚਿੜੀਆਂ ਜੋ ਧਰਤੀ ਉੱਤੇ ਅਜੀ ਜਿਉਂਦੀਆਂ ਸਨ ਧੰਨਵਾਦ